ਬਣਦੇ ਕਦੇ ਇਤਿਹਾਸ ਨਾ ਇਸ ਗੱਲੇ ਕਿ ਅਸੀਂ ਰਾਜਿਆਂ ਦੇ ਬਹੁਤੇ ਪੂਰ ਜੰਮੇ ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਏ ਕਿ ਕਿਹੜੀ ਕੌਮ ਨੇ ਕਿੰਨੇ ਮਨਸੂਰ ਜੰਮੇ ਓ ਕਦਰ ਜ਼ਿੰਦਗੀ ਦੀ ਉਹੀ ਪਾ ਸਕਦਾ ਤੇ ਜਿਹੜੀ ਕੌਮ ਨੂੰ ਮਰਨ ਦਾ ਚੱਲ ਪੈ ਜਾਏ ਪੈਣਾ ਅੰਤ ਨੂੰ ਮੁੱਲ ਕੁਰਬਾਨੀਆਂ ਦਾ ਭਾਵੇਂ ਅੱਜ ਪੈ ਜਾਏ ਭਾਵੇਂ ਕੱਲ ਪੈ ਜਾਏ ਭਾਵੇਂ ਅੱਜ ਪੈ ਜਾਏ ਭਾਵੇਂ ਕੱਲ ਪੈ ਜਾਏ ਗੀਤ ਸੁਣਾਵਣ ਵਾਲੀ ਬੁਲਬੁਲ ਤੇ ਗੀਤ ਸੁਣਾ ਕੋਈ ਰੱਬ ਦਾ ਜੋ ਦੁਨੀਆ ਦਾ ਪਾਲਣਹਾਰਾ ਜੋ ਮਾਲਕ ਹੈ ਸਭ ਦਾ ਉਸ ਦੀ ਸਿਫਤ ਸਲਾਹ ਦੇ ਬਾਜੋ ਝੂਠੀ ਹੋਰ ਕਹਾਣੀ ਜੋ ਦੁਨੀਆ ਦਾ ਪਾਲਣਹਾਰਾ ਜੋ ਮਾਲਕ ਹੈ ਸਭ ਦਾ ਦਾਤਾ ਅੱਜ ਜੀ ਅਰਜਾ ਕਰਦੇ ਸੋਹਣੀ ਸੋਚ ਕਾਬ ਦਾ ਵਰਦੇ ਪਾ ਕੇ ਔਗਣਾ ਉੱਤੇ ਪਰਦੇ ਦੇ ਦੀਦਾਰ ਦਾਤਿਆ ਧੰਨੇ ਵਾਂਗ ਬੇੜਾ ਲਾ ਦੇ ਪਾਰ ਦਾਤਿਆ ਤੂੰ ਧੰਨੇ ਵਾਂਗ ਬੇੜਾ ਲਾ ਦੇ ਪਾਰ ਦਾਤਿਆ ਮਨ ਚ ਮੈਨੂੰ ਮਾਰ ਮਕਾ ਸਾਹਿਬਾ ਅਣਕ ਬਿਧੀ ਸਮਝਾ ਦੇ ਬਿਖਮ ਨਦੀ ਤੋਂ ਪਾਰ ਲੰਘਾ ਦੇ ਦੇਖ ਕੇ ਦਾਤ ਮਾਲਕਾ ਗੁਣ ਗਾਈਏ ਤੇਰੇ ਦਿਨ ਰਾਤ ਮਾਲਕਾ ਗੁਣ ਗਾਈਏ ਤੇਰੇ ਦਿਨ ਰਾਤ ਮਾਲਕਾ ਓ ਦਾਤਾ ਅੱਜ ਜੀ ਅਰਜਾ ਕਰਦੇ ਸੋਹਣੀ ਸੋਚ ਕਾਬ ਦਾ ਵਰਦੇ ਆਪਾਂ ਦੇ ਔਗਣਾ ਉੱਤੇ ਪੜਦੇ ਦੇ ਦੀਦਾਰ ਦਾਤਿਆ ਧੰਨੇ ਵਾਂਗ ਬੇੜਾ ਲਾ ਦੇ ਪਾਰ ਦਾਤਿਆ ਤੂੰ ਧੰਨੇ ਵਾਂਗ ਬੇੜਾ ਲਾ ਦੇ ਪਾਰ ਦਾਤਿਆ ਮਨ ਚ ਮੈਨੂੰ ਮਾਰ ਮਕਾ ਦੇ ਸਾਹਿਬਾ ਅਣਖ ਵਿਧੀ ਸਮਝਾ ਦੇ ਬਿਖਮ ਨਦੀ ਚੋਂ ਪਾਰ ਲੰਘਾ ਦੇ ਦੇਖ ਕੇ ਦਾਤ ਮਾਲਕਾ ਗੁਣ ਗਾਈਏ ਤੇਰੇ ਦਿਨ ਰਾਤ ਮਾਲਕਾ ਗੁਣ ਗਾਈਏ ਤੇਰੇ ਦਿਨ ਰਾਤ ਮਾਲਕਾ ਓ ਜਿਵੇਂ ਵਾਲੀ ਵਾਲਾਂ ਚੋਂ ਕੱਢਿਆ ਤੇ ਹੋਮੇ ਪੌਰ ਮਾਰ ਕੇ ਛੱਡਿਆ ਓ ਤੇਰੀ ਜਿੱਦਾ ਡੰਕਾ ਵਜਿਆ ਕੂਟਾ ਚਾਰ ਦਾਤਿਆ ਧੰਨੇ ਵਾਂਗ ਬੇੜਾ ਲਾ ਦੇ ਪਾਰ ਦਾਤਿਆ ਧੰਨੇ ਵਾਂਗ ਬੇੜਾ ਲਾ ਦੇ ਪਾਰ ਦਾਤਿਆ ਹਿਰਦੇ ਗਿਆਨ ਦੀ ਦੋਤ ਜਗਾਉਂਦਾ ਬਣ ਕੇ ਦਾਸ ਮਾਲਕਾ ਗੁਣ ਗਾਈਏ ਤੇਰੇ ਦਿਨ ਰਾਤ ਮਾਲਕਾ ਗੁਣ ਗਾਈਏ ਤੇਰੇ ਦਿਨ ਰਾਤ ਮਾਲਕਾ ਓ ਜਿਵੇਂ ਮੇਰ ਤੰਨੇ ਤੇ ਕੀਤੀ ਤੇ ਜਾਣੀ ਨਾਲ ਉਸ ਜੋ ਬੀਤੀ
ਦੇਹ ਕੇ ਦਰਸ਼ਨ ਭਾਈ ਪ੍ਰੀਤੀ ਪਾ ਲਿਆ ਪਿਆਰ ਦਾਤਿਆ ਤੂੰ ਧੰਨੇ ਵਾਂਗ ਬੇੜਾ ਲਾ ਦੇ ਧੰਨੇ ਵਾਂਗ ਬੇੜਾ ਲਾ ਦੇ ਪਾਰ ਦਾਤਿਆ ਧੰਨੇ ਵਾਂਗ ਬੇੜਾ ਲਾ ਦੇ ਪਾਰ ਦਾਤਿਆ ਦੱਸਿਆ ਸਾਰੇ ਜਗਤ ਨੂੰ ਪਾ ਕੇ ਪਾਪੀਆਂ ਥੰਮਾਂ ਉੱਪਰ ਬਿਠਾ ਕੇ ਖਾਦੀ ਮਾਤ ਮਾਲਕਾ ਗੁਣ ਗਾਈਏ ਤੇਰੇ ਦਿਨ ਰਾਤ ਮਾਲਕਾ ਗੁਣ ਗਾਈਏ ਤੇਰੇ ਦਿਨ ਰਾਤ ਮਾਲਕਾ ਲੰਗੀ ਰੁੱਤ ਜਵਾਨੀ ਵਾਲੀ ਤੇ ਬਨਾਲ ਪ੍ਰੀਤੀ ਪਾਲੀ ਲੰਗੀ ਰੁੱਤ ਜਵਾਨੀ ਵਾਲੀ ਐਬਾ ਨਾਲ ਪ੍ਰੀਤੀ ਪਾਲੀ ਸਤ ਸੰਤੋਖ ਤੋਂ ਚੋਲੀ ਖਾਲੀ ਤੂੰ ਆ ਕੇ ਧਾਰ ਦਾਤਿਆ ਧੰਨੇ ਵਾਂਗ ਬੇੜਾ ਲਾ ਦੇ ਪਾਰ ਦਾਤਿਆ ਧੰਨੇ ਵਾਂਗ ਬੇੜਾ ਲਾ ਦੇ ਪਾਰ ਦਾਤਿਆ ਗੀਤ ਦੇ ਤਿਆਕੇ ਹੋ ਗਣਕਾ ਤਰਗੀ ਤੁਦੇ ਤਿਆਗੇ ਤਰਗ ਸਨਕ ਸਨੰਦਨ ਗਾ ਕੇ ਦਰਗਾ ਪੁਰੀਆ ਚਰਨੀ ਲਾ ਕੇ ਘਰ ਦੀ ਮਾਵ ਮਾਲਕਾ ਜੀ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਜੁੜ ਬੈਠੇ ਗੁਰੂ ਕੇ ਪਿਆਰਿਓ ਆਓ ਇੱਕ ਵਾਰ ਝੁਕਾਈਏ ਸੀਸ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਤੇ ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸੋ ਫਤਿਹ ਦੀ ਸਾਂਝ ਪਾ ਕੇ ਗੱਲ ਨੂੰ ਸ਼ੁਰੂ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਗੁਰੂ ਕੇ ਕੀਰਤਨੀ ਸਿੱਖਾਂ ਨੇ ਗੁਰੂ ਕੇ ਕਥਾਵਾਚਕ ਸਹਿਬਾਨਾਂ ਨੇ ਸਿੰਘ ਸਾਹਿਬ ਜੀ ਨੇ ਆਪ ਜੀ ਦੇ ਸਾਹਮਣੇ ਬੜੇ ਖੁੱਲ੍ਹੇ ਵਿਚਾਰ ਰੱਖੇ ਨੇ ਅਸੀਂ ਆਪ ਜੀ ਦੇ ਸਾਹਮਣੇ ਇਤਿਹਾਸ ਕਹਿਣਾ ਹੈ ਜਿਹਨੂੰ ਕੌਮ ਦੀ ਜ਼ਿੰਦਗੀ ਆਖਦੇ ਨੇ ਸੱਚ ਪੁੱਛੋ ਤੇ ਉਹ ਇਤਿਹਾਸ ਹੁੰਦਾ ਇਤਿਹਾਸ ਇੱਕ ਉਹ ਮੀਲ ਪੱਥਰ ਆ ਜਿਹੜਾ ਦੱਸ ਦਿੰਦਾ ਕਿ ਤੂੰ ਜਿਸ ਮੰਜ਼ਿਲ ਤੋਂ ਤੁਰਿਆ ਉਹ ਕਿੰਨੀ ਮੰਜ਼ਿਲ ਤੇਰੀ ਪਿੱਛੇ ਹੈ ਔਰ ਜਿਸ ਮੰਜ਼ਿਲ ਤੇ ਤੂੰ ਪਹੁੰਚਣਾ ਉਹ ਤੇਰੀ ਕਿੰਨੀ ਮੰਜ਼ਿਲ ਅੱਗੇ ਹੈ ਇਤਿਹਾਸ ਕਦੇ ਕਿਸੇ ਨੂੰ ਮੁਆਫ ਨਹੀਂ ਕਰਦਾ ਤੇ ਇਤਿਹਾਸ ਕਦੇ ਰਾਜਿਆਂ ਮਹਾਰਾਜਿਆਂ ਦਾ ਨਹੀਂ ਹੁੰਦਾ ਕਦੇ ਆਪਾਂ ਵੇਖੀਏ ਕਦੇ ਕਿਸੇ ਨੇ ਇਹ ਨਹੀਂ ਆਖਿਆ ਕਿ ਵੀ ਅਕਬਰ ਦੀ ਵਾਰ ਸੁਣਾਓ ਸਦਾ ਆਖਿਆ ਜਾਏਗਾ ਦੁੱਲੇ ਦੀ ਵਾਰ ਸੁਣਾਓ ਇਸੇ ਤਰ੍ਹਾਂ ਸਾਰੇ ਇਤਿਹਾਸ ਨੂੰ ਪੜ੍ਹ ਕੇ ਵੇਖੋ ਉਸ ਸਮੇਂ ਦੇ ਰਾਜੇ ਮਹਾਰਾਜੇ ਜਿਹੜੇ ਗੁਰੂ ਸਾਹਿਬ ਜੀ ਨਾਲ ਟੱਕਰ ਲਾ ਕੇ ਤੇ ਆਪਣੇ ਆਪ ਨੂੰ ਵੱਡੇ ਬਹਾਦਰ ਤੇ ਸੂਰਮੇ ਸਮਝਦੇ ਸੀ ਅੱਜ ਦੁਨੀਆਂ ਦੇ ਇਤਿਹਾਸ ਵਿੱਚੋਂ ਨਾਮ ਮਿਟ ਗਿਆ ਇੱਕ ਵਾਰ ਕਬੀਰ ਸਾਹਿਬ ਜੀ ਦਾ ਇਤਿਹਾਸ ਪੜ੍ਹਾਉਂਦਿਆਂ ਕਿਸੇ ਮਾਸਟਰ ਨੇ ਆਖਿਆ ਵੀ ਕਾਕਾ ਕਬੀਰ ਸਾਹਿਬ ਬਾਰੇ ਪਤਾ ਉਹ ਕਹਿਣ ਲੱਗੇ ਜੀ ਨਹੀਂ ਪਤਾ ਜੀ ਕਹਿਣ ਲੱਗੇ ਉਸ ਵੇਲੇ ਦੇ ਰਾਜੇ ਦਾ ਪਤਾ ਕਹਿੰਦੇ ਜੀ ਨਹੀਂ ਉਹਨਾਂ ਆਖਿਆ ਬਸ ਇਹੀ ਹੈ ਸਵਾਲ ਕਿ ਜਿਹਨਾਂ ਭਗਤਾਂ ਦਾ ਅਸੀਂ ਨਾਂ ਲੈਂਦੇ ਹਾਂ ਤੇ ਉਹਨਾਂ ਉੱਤੇ ਜ਼ੁਲਮ ਕਰਨ ਵਾਲੇ ਉਹਨਾਂ ਦਾ ਨਾਂ ਤੱਕ ਵੀ ਨਹੀਂ ਦੁਨੀਆਂ ਤੇ ਲਿਆ ਜਾਂਦਾ ਨੇਕ ਮਨੁੱਖਾਂ ਦੀ ਕਹਾਣੀ ਦੁਨੀਆਂ ਵਿੱਚ ਗਾਈ ਸੁਣੀ ਜਾਂਦੀ ਹੈ ਬੱਚਾ ਪੜ੍ਹ ਰਿਹਾ ਸੀ ਸਕੂਲ ਚ ਤੇ ਇਹ ਬਾਦਸ਼ਾਹ ਦਾ ਪੁੱਤਰ ਆ ਇਹਨੂੰ ਪਤਾ ਕਿ ਮੇਰਾ ਪਿਤਾ
ਗੁਜ਼ਰਨ ਵਾਲਾ ਮਰਨ ਵਾਲਾ ਤੇ ਇਹਦੇ ਬਾਅਦ ਮੈਂ ਬਾਦਸ਼ਾਹ ਬਣਾਂਗਾ। ਮਨ ਵਿੱਚ ਆਸਾਂ ਨੇ, ਉਮੀਦਾਂ ਨੇ, ਅੱਜ ਪੜ੍ਹ ਰਿਹਾ ਸਕੂਲ ਵਿੱਚ ਤੇ ਇਹਨੇ ਮਾਸਟਰ ਆਪਣੇ ਨੂੰ ਆਖਿਆ, ਮਾਸਟਰ ਜੀ ਤੁਹਾਨੂੰ ਪਤਾ ਮੈਂ ਥੋੜੇ ਦਿਨਾਂ ਨੂੰ ਬਾਦਸ਼ਾਹ ਬਣਾਂਗਾ। ਉਹਨੇ ਆਖਿਆ ਹਾਂ। ਉਹਨੇ ਆਖਿਆ ਫਿਰ ਮੈਨੂੰ ਸਿੱਖਿਆ ਦਿਓ। ਮਾਸਟਰ ਨੇ ਵੱਟ ਕੇ ਚਪੇੜੇ ਦੇ ਮਾਰੀ, ਕਹਿੰਦਾ ਜਾ ਬਹਿ ਜਾ। ਬੈਠ ਗਿਆ, ਬੱਚੇ ਨੂੰ ਬੜਾ ਦੁੱਖ ਆਇਆ ਵੀ ਮੈਂ ਤਾਂ ਪੁੱਛਿਆ ਸੀ ਮੈਨੂੰ ਕੋਈ ਅਕਲ ਦੀ ਗੱਲ ਦੱਸੋ, ਸਿੱਖਿਆ ਦਿਓ, ਤੇ ਮਾਸਟਰ ਨੇ ਚੰਗੀ ਸਿੱਖਿਆ ਦਿੱਤੀ, ਮੇਰੇ ਚਪੇੜ ਹੀ ਮਾਰਤੀ। ਥੋੜਾ ਸਮਾਂ ਲੰਘਿਆ, ਬਾਦਸ਼ਾਹ ਬਣਿਆ। ਅੱਜ ਲੋਕ ਨਮਸਕਾਰ ਕਰਨ ਵਾਸਤੇ ਜਾਂਦੇ ਨੇ, ਦੁਨੀਆ ਨਮਸਕਾਰ ਕਰਕੇ ਅੱਗੇ ਲੰਘ ਗਈ ਤੇ ਮਾਸਟਰ ਦੀ ਵਾਰੀ ਆਈ। ਮੁੰਡੇ ਨੂੰ ਯਾਦ ਆ ਗਿਆ ਇਹਨੇ ਮੇਰੇ ਚਪੇੜ ਮਾਰੀ ਸੀ। ਗੁੱਸਾ ਬੜਾ ਸੀ, ਪਰ ਮਾਸਟਰ ਗਿਆਨੀ ਸੀ। ਉਹਨੇ ਜਾ ਕੇ ਅੱਗੇ ਖਲੋ ਕੇ ਉਹਨੇ ਆਖਿਆ ਕਾਕਾ ਤੂੰ ਬਾਦਸ਼ਾਹ ਬਣ ਗਿਆ, ਤੇ ਦੱਸ ਵੀ ਤੈਨੂੰ ਕਦੇ ਮੇਰੇ ਤੇ ਗੁੱਸਾ ਆਇਆ? ਕਹਿੰਦਾ ਮਾਸਟਰ ਜੀ ਸੱਚ ਤੇ ਇਹ ਆ ਵੀ ਮੈਨੂੰ ਗੁੱਸਾ ਆਇਆ। ਉਹਨੇ ਆਖਿਆ ਕਦੋਂ? ਉਹਨੇ ਆਖਿਆ ਜਦੋਂ ਮੈਂ ਤੁਹਾਨੂੰ ਪੁੱਛਿਆ ਸੀ ਨਾ ਵੀ ਮੈਂ ਬਾਦਸ਼ਾਹ ਬਣਨਾ ਤੇ ਮੈਨੂੰ ਕੋਈ ਅਕਲ ਦੀ ਗੱਲ ਦੱਸੋ, ਤੇ ਤੁਸਾਂ ਬਿਨਾਂ ਗੁਨਾਹ ਤੋਂ ਮੇਰੇ ਚਪੇੜ ਮਾਰ ਦਿੱਤੀ, ਮੈਨੂੰ ਸਜ਼ਾ ਦਿੱਤੀ, ਮੈਨੂੰ ਉਦੋਂ ਗੁੱਸਾ ਆਇਆ। ਮਾਸਟਰ ਨੇ ਆਖਿਆ ਪੁੱਤਰਾ ਇਹੀ ਜ਼ਿੰਦਗੀ ਚ ਸਿੱਖਿਆ ਕਿ ਤੂੰ ਰਾਜ ਭਾਗ ਤੇ ਬੈਠੇਗਾ, ਜਿੱਦਾਂ ਤੈਨੂੰ ਗੁੱਸਾ ਆਇਆ ਨਾ ਭਈ ਤੇਰਾ ਕੋਈ ਗੁਨਾਹ ਨਹੀਂ ਸੀ ਤੇ ਮੈਂ ਚਪੇੜ ਮਾਰੀ ਤੇਰੇ, ਪੁੱਤਰਾ ਜਦੋਂ ਬਿਨਾਂ ਕਾਰਨ ਨੂੰ ਕਿਸੇ ਨੂੰ ਸਜ਼ਾ ਦੇਂਗਾ ਨਾ ਤੇ ਉਹਦੇ ਮਨ ਦਾ ਵੀ ਦੁੱਖ ਸਾਰੀ ਜ਼ਿੰਦਗੀ ਮਨ ਚ ਬਣਿਆ ਰਹੇਗਾ। ਇੱਕ ਗੱਲ ਯਾਦ ਰੱਖੀ, ਕਦੇ ਬਿਨਾਂ ਬੇਕਸੂਰ ਨੂੰ ਸਜ਼ਾ ਨਾ ਦੇਵੀ। ਵਾਕਿਆ ਹੈ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਲੋਕਾਂ ਦੇ ਭਲੇ ਦੀ ਗੱਲ ਕੀਤੀ, ਲੇਕਿਨ ਸਮੇਂ ਦੀਆਂ ਸਰਕਾਰਾਂ ਨੇ, ਜ਼ਾਲਮ ਵਜੀਦ ਖਾਨ ਨੇ ਮਹਾਰਾਜ ਜੀ ਨਾਲ ਜੋ ਵਿਹਾਰ ਕੀਤਾ, ਪਰ ਮੇਰੇ ਪਾਤਸ਼ਾਹ ਨੇ ਫਿਰ ਵੀ ਫਤਿਹਨਾਮਾ, ਜਫਰਨਾਮਾ ਚਿੱਠੀ ਲਿਖੀ ਔਰੰਗਜ਼ੇਬ ਨੂੰ। ਤੇ ਅੱਜ ਮੇਰੇ ਪਾਤਸ਼ਾਹ ਨਦੇੜ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਨੂੰ, ਹਜ਼ੂਰ ਸਾਹਿਬ ਨੂੰ ਤੁਰ ਪਏ ਨੇ। ਰਾਹ ਵਿੱਚ ਅੱਜ ਇੱਕ ਡੇਰਾ ਆਇਆ, ਇਹ ਸੀ ਇੱਕ ਵੈਸ਼ਨੋ ਉਦਾਸੀ ਸਾਧ ਦਾ, ਜਿਹਦਾ ਨਾਂ ਸੀ ਜੈਤ ਰਾਮ। ਇਹਨੇ ਆਖਿਆ ਮਹਾਰਾਜ ਕਿੱਧਰ ਚੱਲੇ ਜੇ? ਹਜ਼ੂਰ ਕਹਿਣ ਲੱਗੇ ਇਹ ਨਦੇੜ ਸਾਹਿਬ ਦੀ ਧਰਤੀ ਵੱਲ। ਕਹਿਣ ਲੱਗਾ ਜੀ ਇੱਕ ਗੱਲ ਯਾਦ ਰੱਖਿਓ। ਮਹਾਰਾਜ ਕਹਿੰਦੇ ਕਿਹੜੀ? ਕਹਿਣ ਲੱਗਾ ਜੀ ਉੱਥੇ ਇੱਕ ਸੰਤ ਬੜਾ ਵਿਗੜਿਆ, ਉਹਦਾ ਨਾਂ ਆਇਆ ਮਾਧੋਦਾਸ। ਉਹ ਮਾਧੋਦਾਸ ਚੰਗੇ ਚੰਗੇ ਫਕੀਰਾਂ ਨੂੰ ਕੋਲ ਸੱਦ ਕੇ ਪਲੰਘ ਤੇ ਬਿਠਾ ਕੇ ਤੇ ਫਿਰ ਉਹਨਾਂ ਨੂੰ ਉਲਟਾ ਕੇ ਥੱਲੇ ਦੇ ਕੇ ਮਖੌਲ ਕਰਦਾ। ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ ਜੈਤ ਰਾਮ, ਸਾਨੂੰ ਵਾਹਿਗੁਰੂ ਨੇ ਡਿਊਟੀ ਇਹ ਲਾਈ ਆ ਕਿ ਅਸੀਂ ਭੁੱਲੇ ਭਟਕੇ ਲੋਕਾਂ ਨੂੰ ਸੱਚ ਦਾ ਰਾਹ ਵਿਖਾਉਣਾ। ਮੇਰੇ ਪਾਤਸ਼ਾਹ ਅੱਜ 3 ਮਾਰਚ 1708 ਈਸਵੀ ਸੰਗਰਾਂਦ ਵਾਲਾ ਦਿਨ ਸੀ ਤੇ ਮੇਰੇ ਪਾਤਸ਼ਾਹ ਪਹੁੰਚ ਗਏ ਨੇ ਇਸ ਮਾਧੋਦਾਸ ਦੇ ਡੇਰੇ ਤੇ, ਜਿਨੇ ਬੜੀਆਂ ਗਾਵਾਂ, ਬੜੀਆਂ ਘੋੜੀਆਂ, ਬੜੀਆਂ ਬੱਕਰੇ, ਬੜੀਆਂ ਮੁਰਗੀਆਂ ਇਹਦੇ ਡੇਰੇ ਵਿੱਚ ਫਿਰ ਰਹੀਆਂ ਸਨ, ਕਿਉਂਕਿ ਵੈਸ਼ਨੋ ਸਾਧ ਸੀ ਤੇ ਇਹਦੇ ਡੇਰੇ ਵਿੱਚ ਇਹਨਾਂ ਨੂੰ ਮਾਰਨ ਵਾਲਾ ਕੋਈ ਨਹੀਂ ਸੀ, ਡੇਰਾ ਵੱਧਦਾ ਗਿਆ। ਆਖਿਰ ਅੱਜ ਮੇਰੇ ਪਾਤਸ਼ਾਹ ਉੱਥੇ ਗਏ ਨੇ ਤੇ ਉਸ ਪਲੰਘ ਉੱਤੇ ਜਾ ਬੈਠੇ ਨੇ, ਜਿਸ ਪਲੰਘ ਉੱਤੇ ਬਿਠਾ ਕੇ ਇਹ ਲੋਕਾਂ ਨਾਲ ਮਸ਼ਕਰੀਆਂ ਕਰਦਾ ਸੀ। ਪਾਤਸ਼ਾਹ ਬੈਠੇ ਨੇ ਤੇ ਇਸ ਮਾਧੋਦਾਸ ਦੇ ਚੇਲਿਆਂ ਨੇ ਬੜੀਆਂ ਕਰਾਮਾਤਾਂ ਵਿਖਾਈਆਂ। ਕਰਾਮਾਤ ਦਾ ਅਰਥ ਹੁੰਦਾ ਕਰ ਮੈਣੇ ਹੱਥ, ਮਾਤ ਮੈਣੇ ਮਾਤ ਕਰ ਦੇਣਾ।
ਭਾਵ ਕਿ ਜਿਸ ਗੱਲ ਨੂੰ ਦੂਜਾ ਨਾ ਸਮਝਦਾ ਹੋਵੇ ਉਹਦਾ ਨਾਂ ਹੈ ਕਰਾਮਾਤ। ਸਤਿਗੁਰੂ ਜੀ ਬੈਠੇ ਨੇ ਤੇ ਮੇਰੇ ਪਾਤਸ਼ਾਹ ਨੂੰ ਪਹਿਲਾਂ ਹੀ ਪਤਾ ਸੀ ਇਹ ਜੋ ਕੁਝ ਕਰ ਰਹੇ ਸਨ, ਪਰ ਇਹ ਪਲੰਗ ਰੱਤੀ ਭਰ ਵੀ ਹਿੱਲਿਆ ਨਹੀਂ। ਮਧ ਉਦਾਸ ਦੇ ਚੇਲੇ ਡਰ ਗਏ। ਇਹਨਾਂ ਨੂੰ ਪਤਾ ਲੱਗ ਗਿਆ ਕਿ ਜਿਹੜਾ ਇਸ ਪਲੰਗ ਉੱਤੇ ਬੈਠਾ ਇਹ ਪਾਤਸ਼ਾਹ ਦੁਨੀਆ ਦਾ, ਇਹ ਸਾਡੇ ਗੁਰੂ ਨਾਲੋਂ ਤਕੜਾ, ਸਾਡੇ ਨਾਲੋਂ ਚੇਲਾ। ਚੇਲਿਆਂ ਨੇ ਸੋਚਿਆ ਤਕੜਾ। ਇਹ ਗਏ ਨੇ, ਮਧ ਉਦਾਸ ਗੋਦਾਵਰੀ ਦੇ ਕੰਢੇ ਤੇ ਇਸ਼ਨਾਨ ਕਰ ਰਿਹਾ ਸੀ। ਜਾ ਕੇ ਇਹਨਾਂ ਨੇ ਦੱਸਿਆ ਤੇ ਹੁਣ ਮਧ ਉਦਾਸ ਆਇਆ ਬੜੀਆਂ ਸ਼ਕਤੀਆਂ ਕਰਾਮਾਤਾਂ ਨਾਲ ਮਹਾਰਾਜ ਨੂੰ ਜੰਤਰਾ ਮੰਤਰਾਂ ਨਾਲ ਡਰਾਉਣ ਲੱਗਾ, ਪਰ ਮੇਰੇ ਪਾਤਸ਼ਾਹ ਉੱਤੇ ਕੋਈ ਅਸਰ ਨਹੀਂ ਹੋਇਆ, ਕਿਉਂਕਿ ਮੇਰਾ ਦਾਤਾ ਇਹੋ ਜਿਹੇ ਭੁੱਲਿਆਂ ਭਟਕਿਆਂ ਨੂੰ ਇੱਥੇ ਰਾਹ ਵਿਖਾਉਣ ਲਈ ਆਇਆ ਸੀ। ਤੱਕੋ ਜੀ ਜਰਾ ਮੇਰੇ ਪਾਤਸ਼ਾਹ, ਇਸ ਮਧ ਉਦਾਸ ਵਿਗੜੇ ਹੋਏ ਸੰਤ ਨੂੰ ਕਿੱਦਾਂ ਸੁਧਾਰਨ ਲਈ ਆਏ ਨੇ? ਕਵੀਸ਼ਰ ਜੱਥਾ ਇਉਂ ਕਹਿੰਦਾ, ਬਾਜਾਂ ਵਾਲੇ ਗੁਰੂ ਆਗੇ ਵਿੱਚ ਬਾਗਦੇ, ਵੇਖੋ ਹੁਣ ਸਾਧ ਦੇ ਕਰਮ ਜਾਗਦੇ, ਵੇਖੋ ਹੁਣ ਸਾਧ ਦੇ ਕਰਮ ਜਾਗਦੇ। ਬੈਠ ਕੇ ਪਲੰਗ ਉੱਤੇ ਸੌਣ ਬਦਲੇ, ਆਏ ਗੁਰਬੰਦੇ ਨੂੰ ਬਣਾਉਣ ਬਦਲੇ, ਆਏ ਗੁਰਬੰਦੇ ਨੂੰ ਬਣਾਉਣ ਬਦਲੇ। ਬਾਜਾਂ ਵਾਲੇ ਗੁਰੂ ਆਗੇ ਵਿੱਚ ਬਾਗਦੇ, ਵੇਖੋ ਹੁਣ ਸਾਧ ਦੇ ਕਰਮ ਜਾਗਦੇ, ਵੇਖੋ ਹੁਣ ਸਾਧ ਦੇ ਕਰਮ ਜਾਗਦੇ। ਬੈਠ ਗਏ ਪਲੰਗ ਉੱਤੇ ਸੌਣ ਬਦਲੇ, ਆਏ ਗੁਰਬੰਦੇ ਨੂੰ ਬਣਾਉਣ ਬਦਲੇ, ਆਏ ਗੁਰਬੰਦੇ ਨੂੰ ਬਣਾਉਣ ਬਦਲੇ। ਕੁਝ ਸਿੰਘ ਨਾਲ ਸੀ ਸਵਾਰ ਘੋੜਿਆਂ ਦੇ, ਹੋ ਗਿਆ ਜਵੇਲ ਚਿਰਾਂ ਦੇ ਵਿਛੋੜਿਆਂ ਦੇ, ਹੋ ਗਿਆ ਜਮੇਲ ਚਿਰਾਂ ਦੇ ਵਿਛੋੜਿਆਂ ਦੇ। ਭੁੱਲਿਆਂ ਨੂੰ ਰਸ ਤੇ ਦੀ ਪਾਉਣ ਬਦਲੇ, ਆਏ ਗੁਰਬੰਦੇ ਨੂੰ ਬਣਾਉਣ ਬਦਲੇ, ਆਏ ਗੁਰਬੰਦੇ ਨੂੰ ਬਣਾਉਣ ਬਦਲੇ। ਕਈ ਥੱਲੇ ਵਛੇ ਛੱਡ ਚੋਦ ਸ਼ੀਰਾਂ ਨੂੰ, ਕਈ ਕਹਿੰਦੇ ਹਲਵੇ ਬਣਾ ਲੋ ਖੀਰਾਂ ਨੂੰ, ਗਾਈ ਥੱਲੇ ਵਛੇ ਛੱਡ ਚੋਂਦੇ ਸ਼ੀਰਾਂ ਨੂੰ, ਕਈ ਕਹਿੰਦੇ ਹਲੂਵੇ ਬਣਾ ਲੋ ਖੀਰਾਂ ਨੂੰ, ਕਈ ਕਹਿੰਦੇ ਹਲੂਵੇ ਬਣਾ ਲੋ ਖੀਰਾਂ ਨੂੰ। ਪਕਾਉਣ ਬਦਲੇ, ਆਏ ਗੁਰਬੰਦੇ ਨੂੰ ਬਣਾਉਣ ਬਦਲੇ, ਆਏ ਗੁਰਬੰਦੇ ਨੂੰ ਬਣਾਉਣ ਬਦਲੇ। ਫੁੱਲਾਂ ਦੀ ਵਾੜੀ ਦੇ ਵਿੱਚ, ਫੁੱਲਾਂ ਦੀ ਵਾੜੀ ਦੇ ਵਿੱਚ ਘੋੜੇ ਚਾਰਦੇ, ਮੋਤੀਆ ਗੁਲਾਬ ਨੂੰ ਖਰਾਬ ਕਰ ਦੇ, ਮੋਤੀਆ ਗੁਲਾਬ ਨੂੰ ਖਰਾਬ ਕਰ ਦੇ। ਕੋਈ ਨਾ ਆਵੇ ਸਿੰਘਾਂ ਨੂੰ ਹਟਾਉਣ ਬਦਲੇ, ਕੋਈ ਨਾ ਆਵੇ ਸਿੰਘਾਂ ਨੂੰ ਹਟਾਉਣ ਬਦਲੇ, ਕੋਈ ਨਾ ਆਵੇ ਸਿੰਘਾਂ ਨੂੰ ਹਟਾਉਣ ਬਦਲੇ। ਆਏ ਗੁਰਬੰਦੇ ਨੂੰ ਬਣਾਉਣ ਬਦਲੇ, ਆਏ ਗੁਰਬੰਦੇ ਨੂੰ ਬਣਾਉਣ ਬਦਲੇ। ਹੁਣ ਦਿਨ ਫੁੱਲ ਤੇ ਗਵਾਉਂਦੇ ਖੇਤੀਆਂ, ਰੋਕਦੇ ਸੰਤ ਕਰ ਕਰ ਛੇਤੀਆਂ, ਤੋੜਦੇ ਨੇ ਫੁੱਲ ਤੇ ਗਵਾਉਂਦੇ ਖੇਤੀਆਂ, ਰੋਕਦੇ ਸੰਤ ਕਰ ਕਰ ਛੇਤੀਆਂ, ਰੋਕਦੇ ਸੰਤ ਕਰ ਕਰ ਛੇਤੀਆਂ। ਨਸ ਤੁਰੇ ਚੇਲੇ ਦੀ ਸੁਣਾਉਣ ਬਦਲੇ, ਆਏ ਗੁਰਬੰਦੇ ਨੂੰ ਬਣਾਉਣ ਬਦਲੇ, ਆਏ ਗੁਰਬੰਦੇ ਨੂੰ ਬਣਾਉਣ ਬਦਲੇ। ਹਰੀ ਸੈਨ ਲਿਆਂਦਾ ਸੀ ਸੁਕੇਤ ਮੰਡੀਓ, ਪਾਤਾ ਸਿੱਧੇ ਰਸ ਤੇ ਹਟਾ ਕੇ ਡੰਡੀਓ, ਪਾਤਾ ਸਿੱਧੇ ਰਸ ਤੇ ਹਟਾ ਕੇ ਡੰਡੀਓ। ਉਹ ਲਿਖੀ ਤਕਦੀਰ ਤਾਈ ਕੌਣ ਬਦਲੇ, ਗੁਰਬੰਦੇ ਨੂੰ ਬਣਾਉਣ ਬਦਲੇ, ਆਏ ਗੁਰਬੰਦੇ ਨੂੰ ਬਣਾਉਣ ਬਦਲੇ। ਸੁਣ ਕੇ ਜਰਾ ਨਾ ਜਿੰਨਾ ਸਿੰਘ ਅਟਕੇ, ਪਤਾ ਨੀ ਕਿੰਨੇ ਕਿ ਉੱਥੇ ਹੋ ਗਏ ਚਟਕੇ, ਪਤਾ ਨੀ ਕਿੰਨੇ ਕਿ ਉੱਥੇ ਹੋ ਗਏ ਚਟਕੇ। ਬਣ ਗਏ ਤਮਾਮ ਸ਼ਿਕਾਉਣ ਬਦਲੇ, ਆਏ ਗੁਰਬੰਦੇ ਨੂੰ ਬਣਾਉਣ ਬਦਲੇ,
आए गुरु बंदे नू बनाउन बदले मुर्शदा बगैर रान हाथ आउंदे ने भुले होए लोक वक्त गवाउंदे ने भुले होए लोक वक्त गवाउंदे ने मान सिंह लिखे शब्द गाउन बदले आए गुरु बंदे नू बनाउन बदले आए गुरु बंदे नू बनाउन बदले जदों आपां बंदा बहादुर जी दी पुरानी हिस्ट्री नू पढ़दे आं ते ए पुंछ दे इलाके रजौरी दा रहण वाला सी 1670 विच इहदा जन्म होया और ਉਹ ਸਮਾਂ ਸੀ ਜਦੋਂ ਰਾਜਪੂਤ ਲੋਕ ਬੜੇ ਬਹਾਦਰ ਸਨ ਇਹ ਥੋੜਾ ਜਿਹਾ ਵੱਡਾ ਹੋਇਆ ਭਾਵੇਂ ਸਕੂਲ ਦੀ ਵਿਦਿਆ ਤੋਂ ਅਣਜਾਣ ਰਹਿ ਗਿਆ ਲੇਕਿਨ ਇਹਨੇ ਘੋੜ ਸਵਾਰੀ ਤੀਰ ਅੰਦਾਜ਼ੀ ਤਲਵਾਰਬਾਜ਼ੀ ਨੇਜਾਬਾਜ਼ੀ ਸ਼ਿਕਾਰ ਖੇਡਣ ਦੀ ਜਾਚ ਸਿੱਖ ਲਈ ਵਿਹਲੇ ਸਮੇਂ ਚ अपने पिता नाल वाई खेती विच बड़ा हाथ बटाउंदा लेकिन जदों वेला हुंदा ते शिकार खेडन वास्ते बाहर निकल पैंदा अज इन्हें लिया अपना तीर कमान लिया अपना घोड़ा ते नदी तवी जिहड़ी जम्मू दे कोल दी लंघदी है इस नदी दे किनारे ते आया ते एक बदकिस्मत हरनी इहदियां अखां सामने आ गई इन्हें घोड़ा लाया पिछे आई हरनी मार हेठ इन्हें अपनी कमान विचों तीर नू छड़िया इस हरनी नू चीर के लंघ गया धरती ते डिगी विचारी हरनी वेख रही सी तड़फ दी ए माधोदास गया लक्ष्मण देव गया ते इन्हें जाके हरनी दा पेट चाक कीता जिदे विचो दो बच्चे दियां अखां दे सामने तड़फ तड़फ के मर गए ते मरदी हुई हरनी ने दो हंजू इहदे वल वेख के भी डिगे ने सुटे ने ते बस की होया जिदा किसे नदी विच वड्डा पत्थर डिग पए ते ओह नदी दे वैण नू मोड़ दिंदा माधोदास दे मन उत्ते भी लक्ष्मण देव दे मन उत्ते भी इन्ना होया असर के ने घर आके ते ग्रिस्तियां वाले कपड़े ला दते तीर कमान भन दिता और खंजर नदी विच सुट दिता तलवार सुट दिती मां प्यो ने पुछया कि बेटा की होया बस कहन लगा अज तो ये ग्रिस्त जीवन त्याग के ये शिकारियां वाला सभा त्याग के अज तो मैं भगती करांगा भगती बड़ी चंगी चीज है नाम जपना बड़ा चंगा है लेकिन भाई जदों तक मनुख नू सोझी नहीं आउंदी कई बार एक काम नू छड़ के ते ओ दूसरा गलत काम फड़ लैंदा बहुत सारे ऐसे काम ने जेड़े धर्म दे नां ते भी असी गलत करन लग जाने आ हुण ए लगा किसे गुरु नू लभण ते एक साधुआं दा टोला इहदे लागों दी लंघिया जिन्हां दा मुखी सी जानकी प्रसाद इहनां दे नाल तुरिया लेकिन थोड़े समय बाद इहनूं इउं लगा पी इह तां केवल प्रशादे चुक साधु ने ते तां केवल अपने पेट दी खातर तुरे फिरदे ने इहनां नूं धर्म दा कोई ज्ञान नहीं वेखो जदों मनुख ज्ञान हासिल करन लई तुरदा ना फिर उहनूं बड़ी कठिनाई आउंदी आ ते जे केवल कपड़े ही पाउणे आ संतां वाले पा लए भेस बना लिया साधुआं वाला इह तां बड़ा सौखा है लेकिन इह तां सच दी भाल च निकलिया सी आखिर इहदा मन मुड़ गया इहदा दूसरी वार मिलाप होया रामदास साधु नाल ते इना दे नाल फिरदा फिरदा ए ओ बरागियां दे डेरे ते जेड़े गुरु नानक साहिब जी दी मासी दे पुत्र सन बाबा राम थम्मण जी उना ते डेरे ते गया ते एथे इना मन
ਉਸ ਪਰਮਾਤਮਾ ਦੀ ਭਗਤੀ ਵੱਲ ਜੁੜਿਆ ਤੇ ਇਹਨੇ ਅੱਜ ਇਸ ਧਰਮ ਨੂੰ ਪ੍ਰਵਾਨ ਕਰ ਲਿਆ। ਹੁਣ ਲੱਗਾ ਫਿਰਦਾ 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 ਅੱਜ ਪੰਚਵਟੀ ਦੇ ਜੰਗਲਾਂ ਵਿੱਚ ਗਿਆ ਤੇ ਇੱਥੇ ਇਹਨੂੰ ਇੱਕ ਹੋਰ ਗੁਰੂ ਮਿਲ ਪਿਆ ਜਿਹਦਾ ਨਾਂ ਸੀ ਔਗੜਨਾਥ। ਇਹ ਗੱਲ ਹੈ 1691 ਦੀ। ਇਹਦਾ ਮੇਲ ਇੱਥੇ ਔਗੜਨਾਥ ਨਾਲ ਹੋਇਆ ਤੇ ਇਹ ਉਹ ਸੰਤ ਸੀ ਔਗੜਨਾਥ ਜਿਹੜਾ ਬੜਾ ਬੜਾ ਕਰਾਮਾਤਾਂ ਵਿੱਚ ਵਿਸ਼ਵਾਸ ਰੱਖਦਾ ਸੀ। ਯਾਦ ਰੱਖੋ ਅੱਜ ਵੀ ਮਨੁੱਖ ਐਸੀਆਂ ਚੀਜ਼ਾਂ ਨੂੰ ਲੱਭਦਾ, ਲੇਕਿਨ ਗੁਰੂ ਸਾਹਿਬ ਦੇ ਆਸ਼ੇ ਅਨੁਸਾਰ ਕੋਈ ਕਰਾਮਾਤਾਂ ਨੂੰ ਕੋਈ ਥਾਂ ਨਹੀਂ ਹੈ। ਜੇ ਉਹੀ ਭਟਕਣਾ ਮਨ ਵਿੱਚ ਰਹੀ ਲੋਕਾਂ ਨੂੰ ਡਰਾਉਣ ਲਈ, ਲੋਕਾਂ ਨੂੰ ਲੁੱਟਣ ਦੀ, ਤੇ ਧਰਮ ਦੇ ਕੀ ਅਰਥ ਰਹਿ ਗਏ? ਧਰਮ ਸਾਨੂੰ ਨਿਰਭਾਰ ਕਰਦਾ, ਸਾਡੇ ਮਨ ਵਿੱਚੋਂ ਹਉਮੈ ਹੰਕਾਰ ਮਾਰਦਾ। ਲੇਕਿਨ ਅੱਜ ਲੜਾਈਆਂ ਤੇ ਝਗੜੇ ਕੀ ਨੇ? ਕਿਉਂਕਿ ਆਗੂ ਹੀ ਹੰਕਾਰੀ ਬਣਿਆ ਬੈਠਾ। ਕਦੇ ਅਸੀਂ ਧਰਮ ਦੇ ਨਾਂ ਤੇ ਕਿਸੇ ਨੂੰ ਕੁੱਟਦੇ ਹਾਂ, ਕਦੇ ਕਿਸੇ ਧਰਮ ਦੇ ਨਾਂ ਤੇ ਲੁੱਟਦੇ ਹਾਂ, ਲੇਕਿਨ ਅਸੀਂ ਸੱਚ ਨੂੰ ਨਹੀਂ ਸਮਝ ਰਹੇ। ਸਦਾ ਪ੍ਰੇਮ ਦੁਨੀਆਂ ਵਿੱਚ ਮਹਾਨ ਹੈ ਔਰ ਪ੍ਰੇਮ ਕਰਨ ਵਾਲੇ ਹੀ ਦੁਨੀਆਂ ਵਿੱਚ ਜਿੱਤ ਪ੍ਰਾਪਤ ਕਰਦੇ ਨੇ। ਲੋਕੀ ਆਖਦੇ ਜੂਏ ਦਾ ਝਸ ਮਾੜਾ, ਮਗਰ ਮਹਾ ਵਿੱਚ ਜਿਸ ਤਰ੍ਹਾਂ ਕਾਲ ਮੰਦਾ। ਲੋਕੀ ਆਖਦੇ ਜੂਏ ਦਾ ਝਸ ਮਾੜਾ, ਮਗਰ ਮਹਾ ਵਿੱਚ ਜਿਸ ਤਰ੍ਹਾਂ ਕਾਲ ਮੰਦਾ। ਕੱਤਕ ਮਾਂ ਹਨੇਰੀ ਤੇ ਔੜ ਮਾਰੀ, ਝੱਖੜ ਮੀਂਹ ਦੇ ਵਿੱਚ ਸਿਆਲ ਮੰਦਾ। ਚੜਦੇ ਜੇਠ ਦਾ ਮੀਂਹ ਤੇ ਸੌਣ ਸੋਕਾ, ਰਾਤੀ ਸੁੱਤਿਆਂ ਪਿਆ ਭੁਚਾਲ ਮੰਦਾ। ਸੰਗਤ ਤਾਰਦੀ ਸੰਤ ਗਿਆਨੀਆਂ ਦੀ, ਬੈਣਾ ਹੰਕਾਰੀਆਂ ਬੰਦਿਆਂ ਨਾਲ ਮੰਦਾ। ਹੁਣ ਇਹਨੇ ਇੱਥੋਂ ਜੰਤਰ ਮੰਤਰ ਸਿੱਖੇ ਤੇ ਕੁਦਰਤੀ ਇਹਦਾ ਗੁਰੂ ਔਗੜਨਾਥ ਮਰ ਗਿਆ। ਇਹ ਹੁਣ ਜੰਤਰਾਂ ਮੰਤਰਾਂ ਵਾਲੀ ਕਿਤਾਬ, ਅੱਜ ਵੀ ਕਿਤਾਬਾਂ ਉਹ ਮਿਲ ਜਾਂਦੀਆਂ ਜੇ ਪੁੱਠੇ ਕੰਮ ਕਰਨੇ ਹੋਣ ਨਾ, ਤੇ ਜਿੰਨੀਆਂ ਮਰਜ਼ੀ ਕਿਤਾਬਾਂ ਪੜ੍ਹ ਕੇ ਤੇ ਲੋਕਾਂ ਨੂੰ ਡਰਾਉਣ ਲਈ ਤੁਸੀਂ ਕਰ ਸਕਦੇ ਜੇ ਬਹੁਤ ਕੁਛ, ਲੇਕਿਨ ਧਰਮ ਐਸੀ ਇਜਾਜ਼ਤ ਨਹੀਂ ਦਿੰਦਾ। ਹੁਣ ਕੀ ਹੋਇਆ? ਔਗੜਨਾਥ ਨੇ ਇੱਥੇ ਆਪਣਾ ਡੇਰਾ ਬਣਾ ਲਿਆ ਪੰਚਵਟੀ ਦੇ ਜੰਗਲਾਂ ਚ। ਤੇ ਇੱਕ ਕਦੇ ਵੇਖਿਓ, ਜਦੋਂ ਫਿਰ ਬਾਬੇ ਦਾ ਨਾਂ ਬਣਦਾ ਨਾ, ਉਹ ਸਦਾ ਆਪਣਾ ਡੇਰਾ ਬਦਲਦਾ। ਇਹਨੇ ਸੋਚਿਆ ਇੱਥੇ ਲੋਕ ਜਾਣਦੇ ਨੇ, ਮੈਨੂੰ ਔਗੜਨਾਥ ਦਾ ਚੇਲਾ ਹੀ ਸਮਝਦੇ ਨੇ, ਇਹਨੇ ਹੁਣ ਆਪਣਾ ਉਹ ਪਾਵਨ ਪਵਿੱਤਰ ਧਰਤੀ ਵਿੱਚ ਜਾ ਕੇ ਬਣਾਇਆ ਜਿੱਥੇ ਮੇਰੇ ਸਤਿਗੁਰੂ ਜੀ ਪਹੁੰਚੇ ਨੇ। ਤੱਕੋ ਇਸ ਬਾਬੇ ਨੇ ਇੱਥੇ ਕਿਵੇਂ ਲੋਕਾਂ ਨੂੰ ਗੁੰਮਰਾਹ ਕੀਤਾ, ਕਿਵੇਂ ਆਪਣਾ ਡਰ ਪੈਦਾ ਕੀਤਾ। ਆਹ ਇੱਕ ਵਾਰ ਰਾਹੀਂ ਕਵੀਸ਼ਰ ਜੱਥਾ ਓ ਕਹਿੰਦਾ, ਹੁਕਮ ਸਾਧ ਦਾ ਮੰਨ ਕੇ ਵੀਰ ਗਏ ਕੁਟਿਆ ਵਿੱਚ ਆ, ਉਹਨਾਂ ਆ ਕੇ ਪਲੰਗ ਨੂੰ ਚੁੱਕਿਆ। ਆ ਕੇ ਪਲੰਗ ਨੂੰ ਚੁੱਕਿਆ, ਲਿਆ ਸਾਰਾ ਰਿਓ ਰਿਆ ਰਮਾ, ਨਹੀਂ ਪਲੰਗ ਜਮੀ ਤੋਂ ਉੱਠਿਆ। ਸਾਧ ਦਾ ਮੰਨ ਕੇ ਵੀਰ ਗਏ ਕੁਟਿਆ ਵਿੱਚ ਆ, ਉਹਨਾਂ ਆ ਕੇ ਪਲੰਗ ਨੂੰ ਚੁੱਕਿਆ। ਆ ਕੇ ਪਲੰਗ ਨੂੰ ਚੁੱਕਿਆ, ਲਿਆ ਸਾਰਾ ਰਿਓ ਰਿਆ ਰਮਾ, ਨਹੀਂ ਪਲੰਗ ਜਮੀ ਤੋਂ ਉੱਠਿਆ। ਪਲੰਗ ਜਮੀ ਤੋਂ ਉੱਠਿਆ, ਰੇ ਫੜ ਫੜ ਬਾਈਆਂ ਲਾ, ਫਿਰ ਵਾਰੀ ਆ ਗਈ ਦੈ ਦੀ। ਵਾਰੀ ਆ ਗਈ ਦੈ ਦੀ, ਅੱਗੋਂ ਵਧੇ ਜ਼ੋਰ ਦਾ ਤਾ, ਫਿਰ ਵਾਰੀ ਆ ਗਈ ਦੈ ਦੀ, ਅੱਗੋਂ ਵਧੇ ਜ਼ੋਰ ਦਾ ਤਾ। ਸਵਰ ਦੀਆਂ ਸਿੱਧੀਆਂ ਹਾਰੀਆਂ, ਸਿੱਧੀਆਂ ਹਾਰੀਆਂ, ਅੱਗੇ ਚੱਲੇ ਨਾ ਗੁਰਾਂ ਦੇ ਵਾ, ਉਹ ਆਖਿਰਕਾਰ ਨੂੰ ਚਰਨੀ ਡਿੱਗਦੇ। ਆਖਿਰਕਾਰ ਨੂੰ ਚਰਨੀ ਡਿੱਗਦੇ, ਜਿਹੜੇ ਹੋਏ ਸਿਰੇ ਪਰਵਾ, ਫਿਰ ਮਿਲਦੇ ਮਾਧੋ ਦਾਸ ਨੂੰ। ਫਿਰ ਮਿਲਦੇ ਮਾਧੋ ਦਾਸ ਨੂੰ, ਜਿਹੜਾ ਤੁਰਿਆ ਆਉਂਦਾ ਨਾ, ਉਹਦੇ ਪੈਰੀ ਪਊਏ ਖੜਕਦੇ। ਪੈਰੀ ਪਊਏ ਖੜਕਦੇ, ਗੜਵੀ ਡੋਰੀ ਨੂੰ ਲਮਕਾ। ਉਹਦੇ ਪੈਰੀ ਪਊਏ ਖੜਕਦੇ, ਗੜਵੀ ਡੋਰੀ ਨੂੰ ਲਮਕਾ।
ਉਹਨੂੰ ਦੱਸਦੇ ਸਾਰੀ ਵਾਰਤਾ, ਉਹਨੂੰ ਦੱਸਦੇ ਸਾਰੀ ਵਾਰਤਾ, ਸਾਖੀ ਦੇਣ ਕੰਨਾਂ ਵਿੱਚ ਪਾ, ਉਹ ਕੋਈ ਰੱਬੀ ਜੋਤ ਅਕਾਲ ਦੀ, ਤੂੰ ਨਹਾਉਂਦਾ ਫਿਰਦਾ ਤੀਰਥੀ, ਨਹਾਉਂਦਾ ਫਿਰਦਾ ਤੀਰਥੀ, ਇਹਦੇ ਹੋਈ ਨੇ ਮੈਲ ਸਫਾ, ਕਾਬੂ ਆਇਆ ਪਿੰਜਰੇ ਹਿਰਸ ਦੇ, ਅਜੇ ਹੋਇਆ ਨਹੀਂ ਰਿਹਾ, ਉਹ ਕੰਨ ਪਾੜ ਕੇ ਮੁੰਦਰਾਂ ਪਾ ਲੀਆਂ, ਉਹ ਕੰਨ ਪਾੜ ਕੇ ਮੁੰਦਰਾਂ ਪਾ ਲੀਆਂ ਤੇ ਭਗਵੇਂ ਕੱਪੜੇ ਲੈ ਰਿਹਾ, ਕੰਨ ਪਾੜ ਕੇ ਮੁੰਦਰਾਂ ਪਾ ਲੀਆਂ ਭਗਵੇਂ ਕੱਪੜੇ ਲੈ ਰਿਹਾ, 36 ਸਾਲ ਦੀ ਉਮਰ ਅਗਾਲ ਕੇ, ਸਾਲ ਦੀ ਉਮਰ ਅਗਾਲ ਕੇ ਛੱਡਿਆ ਕਿੰਗਰ ਹੰਕਾਰ ਤਪਾ ਕਰੀ ਨਾ ਉਹਦੇ ਨਾਲ ਬਰਾਬਰੀ, ਉਹਦੇ ਨਾਲ ਬਰਾਬਰੀ, ਸਮਾਧੀ ਦਿੱਤੀ ਸ਼ਿਵਾ ਜੋ ਲਾ, ਤੂੰ ਜਾ ਕੇ ਫੜ ਲੈ, ਜਾ ਕੇ ਫੜ ਲੈ ਚਰਨ ਬਰਾਗੀਆ, ਜਾ ਕੇ ਫੜ ਲੈ ਚਰਨ ਬਰਾਗੀਆ, ਕੀਤੀ ਗਲਤੀ ਨੂੰ ਬਖਸ਼ਾ, ਜਾ ਕੇ ਫੜ ਲੈ ਚਰਨ ਬਰਾਗੀਆ, ਕੀਤੀ ਗਲਤੀ ਨੂੰ ਬਖਸ਼ਾ, ਬੁਰਾ ਭਲਾ ਮੰਦਾ ਨੀ ਆਖਣਾ, ਭਲਾ ਮੰਦਾ ਨੀ ਆਖਣਾ, ਜਾਂਦੀ ਖੀਰ ਚ ਖੰਡ ਸਮਾ, ਉਹ ਕਿਉਂ ਲੱਕ ਬਦੀਆਂ ਤੇ ਬੰਨਿਆ, ਕੋਈ ਨੇਕੀ ਲੈ ਕਮਾ, ਤੇਰੇ ਸੁੱਤੇ ਨਸੀਬਾ ਜਾਲ ਪਏ, ਤੇਰੇ ਸੁੱਤੇ ਨਸੀਬਾ ਜਾਗ ਪਏ, ਤੇਰੇ ਸੁੱਤੇ ਨਸੀਬਾ ਜਾਗ ਪਏ, ਲੈ ਤਲੀ ਤੇ ਸਰੋਂ ਜਮਾ, ਉਹ ਵੇਲਾ ਹੱਥ ਨੀ ਆਉਣਾ ਬੀਤਿਆ, ਮੇਰਾ ਹੱਥ ਨੀ ਆਉਣਾ ਬੀਤਿਆ, ਪਿੱਛੋਂ ਕਿਨਾਰੀਏ ਪੁੱਛਦਾ ਮੋਣ ਸਿਆ, ਛੱਡ ਜੂ ਕੋਲੇ ਉਪਾਧੀਆਂ, ਸਿਰ ਚਰਨਾ ਉਪਰ ਚੁਕਾ, ਸਭ ਸੰਗਤ ਕਹਿ ਦੇ ਵਾਹਿਗੁਰੂ, ਬੜੀਆਂ ਚੇਲਿਆਂ ਨੇ ਵਾਹ ਲਾਏ, ਬੜੀਆਂ ਜਟਾਂ ਘੁਮਾਈਆਂ, ਅੱਜ ਵੀ ਮੈਂ ਕਈ ਵਾਰੀ ਵੇਖਿਆ ਸਾਡੀਆਂ ਭੈਣਾਂ ਆਖਣਗੀਆਂ ਕਾਕੇ ਦੇ ਜਟਾ ਆਪੇ ਹੀ ਜੰਮ ਪਈਆਂ ਨੇ, ਆਪੇ ਹੀ ਉੱਗ ਪਈਆਂ ਨੇ, ਜਦੋਂ ਸਿਰ ਹੀ ਨਹੀਂ ਵਾਹੁਣਾ ਤਾਂ ਜਟਾਂ ਹੀ ਹੋਣੀਆਂ, ਹੋਰ ਕੀ ਹੋ। ਗੁਰੂ ਸਾਹਿਬ ਨੇ ਸਾਨੂੰ ਸਿੱਖ ਨੂੰ ਬਾਦਸ਼ਾਹ ਬਣਾਇਆ, ਦੋਵੇਂ ਟਾਈਮ ਕੰਘਾ ਕਰਨਾ। ਮੈਂ ਵੀ ਗਿਆ ਆਪਣੇ ਸਹੁਰੇ ਗਿਆ ਤੇ ਸਾਡੇ ਵੀ ਉੱਥੇ ਕਾਕਾ ਹੋਇਆ ਸੀ, ਉਹਦੀਆਂ ਵਾਹਵਾ ਹੀ ਵਾਲ ਜਿਹੇ ਜੁੜੇ ਤੇ ਮੈਂ ਚਲੋ ਵੀ ਪਿਆਰ ਨੂੰ ਤਾਂ ਕਰਨਾ ਹੀ ਪੈਂਦਾ, ਮੈਂ ਫੜ ਕੇ ਉਹ ਹੌਲੀ ਹੌਲੀ ਨਾ ਉਹ ਮੈਂ ਜਿਹੜੇ ਵਾਲ ਜੁੜੇ ਸੀ ਖੋਲਣ ਲੱਗ ਪਿਆ ਤੇ ਬੀਬੀਆਂ ਆਈਆਂ, ਨਾ 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 ਭਾਜੀ ਏਦਾਂ ਨਾ ਕਰਿਓ। ਮੈਂ ਕਿਹਾ ਕੀ ਹੋਇਆ? ਕਹਿਣ ਲੱਗੀਆਂ ਇਹ ਤੇ ਨਾ ਜਾ ਕੇ ਫਲਾਣੇ ਬਾਬੇ ਦੇ ਤੇ ਜਟਾਂ ਖਲਾਉਣੀਆਂ। ਮੈਂ ਕਿਹਾ ਅਸੀਂ ਬਾਬੇ ਮਾੜੇ ਆ, ਲਿਆਓ ਨਾਲੇ ਇਹਦੇ ਸਿਰ ਨੂੰ ਤੇਲ ਤੂਲ ਲਾਓ, ਨਾਲੇ ਲਿਆਓ ਕੰਘੀ ਤੇ ਆ ਜਿਹੜੇ ਚਾਰਕ ਵਿੱਚ ਵਾਲ ਜੁੜੇ ਨੇ ਇਹਨਾਂ ਨੂੰ ਖੋਲ ਦਿਓ ਤੇ ਆਪੇ ਠੀਕ ਹੋ ਜੂ। ਮੁੜ ਕੇ ਜਟਾਂ ਹੋਈਆਂ ਹੀ ਨਹੀਂ। ਸੋ ਗੁਰੂ ਕੇ ਸਿੱਖ ਨੇ ਇਹਨਾਂ ਵਹਿਮਾਂ ਵਿੱਚ ਨਹੀਂ ਪੈਣਾ ਵੀ ਜਟਾਂ ਜੀ ਉੱਤੋਂ ਉਤਰਦੀਆਂ ਨੇ। ਆ ਜਿੰਨੇ ਸਾਧ ਨਵੇਂ ਨਵੇਂ ਜਟਾਂ ਬਣਾਉਂਦੇ ਆ ਨਾ, ਤੁਸੀਂ ਕਦੇ ਵੇਖਿਓ ਬੋਰਡ ਦੀਆਂ ਜੜਾਂ ਦਾ ਦੁੱਧ ਲਾ ਦਿਓ ਤੇ ਉਹਨਾਂ ਨੂੰ ਸਵਾਹ ਮਿੱਟੀ ਲਾ ਦਿਓ, ਉਹ ਮੁੜ ਕੇ ਤੀਜੇ ਦਿਨ ਖੁੱਲ ਨਹੀਂ ਸਕਦੀਆਂ, ਇੰਨਾ ਜੋੜ ਦਿੰਦਾ ਬੋਰਡ ਦਾ ਦੁੱਧ। ਹੁਣ ਚੇਲਿਆਂ ਨੇ ਜਾ ਕੇ ਆਖਿਆ ਬਾਬਾ ਉਸ ਗੁਰੂ ਚ ਬੜੀਆਂ ਸ਼ਕਤੀਆਂ ਨੇ, ਪਤਾ ਨਹੀਂ ਉਹ ਰਾਮ ਹੈ ਕ੍ਰਿਸ਼ਨ ਹੈ ਕੌਣ ਆ, ਪਰ ਇਉਂ ਕਹਿ ਸਕਦੇ ਹਾਂ ਕਿ ਉਹ ਸਾਡੀਆਂ ਗਲਤੀਆਂ ਨੂੰ ਸੁਧਾਰਨ ਵਾਸਤੇ ਆ ਗਿਆ। ਉਹ ਗੁਰੂ ਹੀ ਕੀ ਹੈ ਜਿਹੜਾ ਭੁੱਲੇ ਮਨੁੱਖ ਨੂੰ ਸਿੱਧੇ ਰਾਹ ਨਾ ਪਾ ਦੇਵੇ, ਉਹ ਗੁਰੂ ਹੀ ਕੀ ਹੈ ਜਿਹੜਾ ਵਹਿਮ ਤੇ ਭਰਮ ਵਿੱਚੋਂ ਨਾ ਕੱਢ ਦੇਵੇ, ਉਹ ਗੁਰੂ ਹੀ ਕੀ ਹੋਇਆ ਜਿਹੜਾ ਸੱਚ ਦਾ ਉਪਦੇਸ਼ ਨਾ ਦੇਵੇ। ਹੁਣ ਕੀ ਹੋਇਆ, ਮਾਧੋ ਦਾਸ ਨੂੰ ਲੱਗਾ ਪਤਾ, ਬੜਾ ਗੁੱਸੇ ਵਿੱਚ ਆਇਆ, ਇਹਨੇ ਇੱਕ ਪਲੰਘ ਬਣਾਇਆ ਸੀ ਇਸ ਹਿਸਾਬ ਦਾ
ਕਿ ਜਿਹਦੀ ਜੇਸ ਇੱਕ ਕਲਾ ਨੂੰ ਦੱਬ ਦਿੰਦਾ ਸੀ ਤੇ ਉਹ ਪਲੰਘ ਉਲਟ ਜਾਂਦਾ ਸੀ ਤੇ ਫਿਰ ਤਾੜੀਆਂ ਮਾਰ ਮਾਰ ਕੇ ਹੱਸਦਾ ਸੀ। ਮੇਰੇ ਪਾਤਸ਼ਾਹ ਨੇ ਸਿੱਖਾਂ ਨੂੰ ਪਹਿਲਾਂ ਹੀ ਸੁਚੇਤ ਕੀਤਾ ਕਿ ਇਸ ਮਾਧੋ ਦਾਸ ਦਾ ਹੰਕਾਰ ਤੋੜਨਾ ਆਇਆ ਤੇ ਜਿੱਦਾਂ ਭਲਵਾਨ ਨੂੰ ਪਤਾ ਲੱਗਦਾ ਨਾ ਵੀ ਇਹ ਭਲਵਾਨ ਮੇਰੇ ਨਾਲੋਂ ਤਗੜਾ, ਜੇ ਤੇ ਜਾਪਿਆ ਮਾੜਾ ਤੇ ਆਉਂਦੇ ਚਪੇੜੀ ਡਿਆ ਪੈਣਾ, ਤੇ ਜੇ ਜਾਪਣਾ ਮੇਰੇ ਨਾਲੋਂ ਤਗੜਾ ਫਿਰ ਪਰਾਂ ਪਰਾਂ ਦੌੜੇ ਫਿਰਨਾ। ਸਾਡੇ ਇੱਕ ਭਲਵਾਨ ਹੁੰਦਾ ਸੀ, ਉਹ ਬਹੁਤੀ ਵਾਰੀ ਤੇ ਰਲ ਕੇ ਹੀ ਘੁਲ ਜਾਂਦਾ ਸੀ ਤੇ ਪਿੰਡ ਵਾਲਿਆਂ ਇੱਕ ਸਪੈਸ਼ਲ ਭਲਵਾਨ ਲਿਆਂਦਾ। ਉਹਨੂੰ ਕਹਿੰਦੇ ਲੈ ਵੀ ਇਹਨੂੰ ਢਾਉਣਾ, ਐਵੇਂ ਇਹਨੂੰ ਰਗੜਨਾ ਨਹੀਂ। ਉਹ ਕਹਿੰਦਾ ਢਾ ਦਿਆਂਗਾ। ਉਹਨੇ ਵੇਖਿਆ ਵੀ ਇਹ ਭਲਵਾਨ ਸਾਡੇ ਇਲਾਕੇ ਦਾ ਨਹੀਂ, ਦੂਰੋਂ ਆ ਤੇ ਬਾਹਾਂ ਜੀਆਂ ਖਿਲਾਰ ਕੇ ਥੱਲੇ ਪੈ ਗਿਆ, ਲੱਤਾਂ ਜੀਆਂ ਖਿਲਾਰ ਕੇ ਵੀ ਮੈਂ ਢਵਾਂ ਨਾ। ਉਹਨੇ ਜ਼ੋਰ ਲਾਇਆ ਤੇ ਪੰਜਾਂ ਕੁ ਮਿੰਟਾਂ ਬਾਅਦ ਉਹਨੂੰ ਪਤਾ ਕੀ ਆਂਦਾ, ਕਹਿਣ ਲੱਗਾ ਭਲਵਾਨਾ ਵੇਖ ਮੈਂ ਵੀ ਭਲਵਾਨ ਤੇ ਤੂੰ ਵੀ ਭਲਵਾਨ, ਇਹ ਪਿੰਡ ਵਾਲਿਆਂ ਨੇ ਤੈਨੂੰ ਮੈਂ ਤੇ ਲੈ ਹੀ ਨਹੀਂ ਦੇਣੀ ਤੇ ਆਪਾਂ ਫਿਰ ਵੀ ਇਕੱਠੇ ਹੀ ਰਹਿਣਾ। ਉਹ ਵਾਕਈ ਥੋੜਾ ਜਿਹਾ ਢਿੱਲਾ ਹੋਇਆ ਤੇ ਥੱਲਿਓਂ ਮਾਰ ਕੇ ਦਾਤ ਉਹਦੇ ਉੱਤੇ ਆ ਗਿਆ, ਢਾ ਲਿਆ। ਉਹ ਕਹਿੰਦਾ ਇਹ ਕੀ ਕੀਤਾ ਜੀ? ਉਹਨੇ ਆਖਿਆ ਭਲਵਾਨਾ ਇਹ ਵੀ ਦਾ ਹੀ ਹੁੰਦਾ ਜੀ। ਸੋ ਮਾਧੋ ਦਾਸ ਨੂੰ ਪਤਾ ਲੱਗਿਆ ਕਿ ਮੈਂ ਅੱਗੇ ਬੜਿਆਂ ਦੀ ਬੇਅਦਬੀ ਕਰਦਾ ਰਿਹਾ, ਲੇਕਿਨ ਅੱਜ ਜਿਹੜਾ ਮਹਾਤਮਾ ਜਿਹੜਾ ਰਹਿਬਰ ਮੇਰੇ ਪਲੰਘ ਤੇ ਬੈਠਾ ਇਹ ਮੇਰੀਆਂ ਸਭ ਚਲਾਕੀਆਂ ਨੂੰ ਜਾਣਦਾ। ਆਖਰ ਚਰਨਾਂ ਤੇ ਡਿੱਗ ਪਿਆ, ਕਹਿਣ ਲੱਗਾ ਮਹਾਰਾਜ ਮੈਂ ਭੁੱਲ ਗਿਆ ਤੁਸੀਂ ਕੌਣ ਜੇ? ਹਜ਼ੂਰ ਕਹਿੰਦੇ ਆਪਣੇ ਝਾਤੀ ਅੰਦਰ ਮਾਰ। ਝਾਤੀ ਮਾਰ ਕੇ ਕਹਿਣ ਲੱਗਾ ਮਹਾਰਾਜ ਤੁਸੀਂ ਕਲਗੀਧਰ ਦਸ਼ਮੇਸ਼ ਪਿਤਾ ਮਹਾਰਾਜ ਜੇ, ਦੀਨ ਦੁਨੀ ਦੇ ਮਾਲਕ ਦਸਮ ਪਾਤਸ਼ਾਹ ਜੇ? ਹਜ਼ੂਰ ਕਹਿੰਦੇ ਹਾਂ। ਕਹਿਣ ਲੱਗਾ ਮਹਾਰਾਜ ਮੈਨੂੰ ਬਖਸ਼ ਲਓ, ਮੈਨੂੰ ਆਪਣੇ ਚਰਨਾਂ ਨਾਲ ਲਾ ਲਓ, ਮਹਾਰਾਜ ਮੈਂ ਭੁੱਲ ਗਿਆ ਹਾਂ। ਸਤਿਗੁਰੂ ਜੀ ਕਹਿਣ ਲੱਗੇ ਮਾਧੋ ਦਾਸ ਅਸੀਂ ਆਏ ਤੈਨੂੰ ਸਮਝਾਉਣ ਲਈ ਆ, ਅਸੀਂ ਆਏ ਤੈਨੂੰ ਤਾਰਨ ਲਈ ਆ। ਮੇਰੇ ਪਾਤਸ਼ਾਹ ਜਿਵੇਂ ਇਹਨੂੰ ਗਿਆਨ ਦੇ ਤੀਰ ਮਾਰ ਕੇ ਸੱਚ ਦਾ ਰਾਹ ਵਿਖਾਉਂਦੇ ਨੇ, ਆਓ ਭਾਈ ਭਗਵੰਤ ਭਗਵਾਨ ਸਿੰਘ ਜੀ ਔਰ ਭਾਈ ਬਲਜੀਤ ਸਿੰਘ ਬਗੀਚਾ ਔਰ ਭਾਈ ਗੁਰਚੇਤ ਸਿੰਘ ਜੀ ਉਸ ਵੇਲੇ ਦੇ ਵਾਕਿਆ ਨੂੰ ਇਉਂ ਕਹਿਣ ਲੱਗੇ। ਯਾਦ ਕਰ ਪਹਿਲਾਂ ਤੂੰ ਪੁਨੇਸ਼ ਦੇਸ਼ ਨੂੰ, ਦੇਸ਼ ਛੱਡ ਆ ਜਾਓ ਇੱਥੇ ਪਰਦੇਸ ਨੂੰ, ਆਓ ਖਾਣ ਦਾਣ ਵੱਲੇ ਨਿਗਾ ਮਾਰ ਸਾਧੂਆ, ਕੱਖ ਰਹਿਣ ਦਿੰਦਾ ਨਹੀਂ ਹੰਕਾਰ ਸਾਧੂਆ। ਓ ਯਾਦ ਕਰ ਪਹਿਲਾਂ ਤੂੰ ਪੁਨੇਸ਼ ਦੇਸ਼ ਨੂੰ, ਦੇਸ਼ ਛੱਡ ਆ ਜਾਓ ਇੱਥੇ ਪਰਦੇਸ ਨੂੰ, ਓ ਖਾਣ ਦਾਣ ਵੱਲੇ ਨਿਗਾ ਮਾਰ ਸਾਧੂਆ, ਕੱਖ ਰਹਿਣ ਦਿੰਦਾ ਨੀ ਹੰਕਾਰ ਸਾਧੂਆ। ਓ ਕਰਕੇ ਨਿਸ਼ਾਨਾ ਮਾਰ ਲਈ ਉਹ ਹਰਨੀ, ਤੂੰ ਕਰਕੇ ਨਿਸ਼ਾਨਾ ਮਾਰ ਲਈ ਉਹ ਹਰਨੀ, ਬੱਚਿਆਂ ਸਿਖਾਤੀ ਤੈਨੂੰ ਛੋਟੇ ਬੱਚਿਆਂ ਸਿਖਾਤੀ ਤੈਨੂੰ ਦਇਆ ਕਰਨੀ, ਉਦੋਂ ਛੱਡ ਦਿੱਤਾ ਤੂੰ ਸ਼ਿਕਾਰ ਸਾਧੂਆ, ਕੱਖ ਰਹਿਣ ਦਿੰਦਾ ਨੀ ਹੰਕਾਰ ਸਾਧੂਆ। ਧਰਮ ਪਿੱਛੇ ਛੱਡ ਤਾ ਫੁੱਲਾਂ ਦੀ ਸ਼ੇਜ ਨੂੰ, ਆ ਮਿੱਟੀ ਚ ਮਲਾ ਲਿਆ ਹੁਸਨ ਤੇਜ ਨੂੰ, ਹੋ ਗਿਆ ਬਿਨਾ ਖੰਭਾਂ, ਹੋ ਗਿਆ ਬਿਨਾ ਖੰਭਾਂ ਦੇ ਉਡਾਰ ਸਾਧੂਆ, ਕੱਖ ਰਹਿਣ ਦਿੰਦਾ ਨੀ ਹੰਕਾਰ ਸਾਧੂਆ। ਮਨ ਦਾ ਟਲਾ ਜਿਵੇਂ ਪੂਰਨ ਜਤੀ, ਪਾਲ ਦਾ ਟਲੇ ਦੇ ਜਿਵੇਂ ਪੂਰਨ ਜਤੀ, ਗੁਰੂ ਬਾਜੋ ਤੇਰੀ ਗੁਰੂ ਬਾਜੋ ਤੇਰੀ ਸਾਦਾ ਹੋਣੀ ਨਹੀਂ ਗਤੀ, ਆ ਜਾਨਕੀ ਨੂੰ ਗੁਰੂ ਲਿਆਇਓ ਤਾਰ ਸਾਧੂਆ, ਜਾਨਕੀ ਨੂੰ ਗੁਰੂ ਲਿਆ ਤਾਰ
ਪਾਈ ਨਾ ਕਦਰ ਕੀਮਤੀ ਤੂੰ ਲਾਲ ਦੀ ਬੰਦਗੀ ਗਵਾਲੀ ਸਾਦਾ ਬੰਦਗੀ ਗਵਾਲੀ ਸਾਦਾ 36 ਸਾਲ ਦੀ ਖੁਸ਼ ਨਹੀਂ ਗਾ ਤੈਥੋਂ ਕਰਤਾਰ ਸਾਧੂਆ ਹੋ ਖੁਸ਼ ਨਹੀਂ ਗਾ ਤੈਥੋਂ ਕਰਤਾਰ ਸਾਧੂਆ ਕੱਖ ਰਹਿਣ ਦਿੰਦਾ ਨੀ ਹੰਕਾਰ ਸਾਧੂਆ ਹੋ ਪੁੱਛ ਲੈ ਤੂੰ ਜਾ ਕੇ ਜਾ ਫਰੀਦ ਸ਼ੇਖ ਨੂੰ ਆਰੇਖ ਵਿੱਚ ਜਿਸ ਨੇ ਲਗਾਤਾ ਮੇਖ ਨੂੰ ਚਿੜੀਆਂ ਦਾ ਮਾਰ ਕੇ ਉਡਾਰ ਸਾਧੂਆ ਚਿੜੀਆਂ ਦਾ ਮਾਰ ਕੇ ਉਡਾਰ ਸਾਧੂਆ ਕੱਖ ਰਹਿਣ ਦਿੰਦਾ ਨੀ ਹੰਕਾਰ ਸਾਧੂਆ ਪੰਜ ਪਾਂਡ ਹੋਏ ਸੀ ਬਲੀ ਦੇ ਜੇੜ ਦੇ ਓਏ ਹਾਰ ਗਏ ਸੀ ਖੇਡ ਦੇ ਜੂਏ ਚ ਹਰਾ ਲਈ ਉਹਨਾਂ ਨਾਲ ਸਾਧੂਆ ਕੱਖ ਰਹਿਣ ਦਿੰਦਾ ਨੀ ਹੰਕਾਰ ਸਾਧੂਆ ਯੂਸੁਫ ਹੁਸਨ ਦਾ ਸੀ ਮਾਨ ਕਰਦਾ ਬਾਜ਼ਾਰ ਵਿੱਚ ਬਣ ਬਾਰਦਾ ਇੱਕ ਇੱਟੀ ਮੁੱਲ ਦਾ ਬਾਜ਼ਾਰ ਸਾਧੂਆ ਕੱਖ ਰਹਿਣ ਦਿੰਦਾ ਨੀ ਹੰਕਾਰ ਸਾਧੂਆ ਸੱਤਾ ਬਲਵੰਡਾ ਜੋ ਗੁਰੂ ਕੇ ਰਾਗੀ ਸੀ ਸੱਤਾ ਬਲਵੰਡਾ ਜੋ ਗੁਰੂ ਕੇ ਰਾਗੀ ਸੀ ਉਹ ਰੁੱਸ ਤੁਰੇ ਗੁਰੂ ਨਾਲੋਂ ਹੋ ਕੇ ਬਾਗੀ ਸੀ ਸਿੱਖਾਂ ਨੂੰ ਵਜਾਉਣੀ ਆ ਗਈ ਤਾਰ ਸਾਧੂਆ ਸਿੱਖਾਂ ਨੂੰ ਵਜਾਉਣੀ ਆ ਗਈ ਤਾਰ ਸਾਧੂਆ ਕੱਖ ਲੈਣ ਦਿੰਦਾ ਨੀ ਹੰਕਾਰ ਸਾਧੂਆ ਸਭ ਨਾਲ ਹੁੰਦੀ ਹੈ ਫਕੀਰੀ ਔਖੀ ਜੀ ਆ ਗੱਲਾਂ ਨਾਲ ਦੁਨੀਆ ਬਣਾਉਂਦੀ ਸੌਖੀ ਜੀ ਕੱਖ ਰਹਿਣ ਦਿੰਦਾ ਨੀ ਹੰਕਾਰ ਸਾਧੂਆ ਦੱਸ ਤੇਰੇ ਮੰਜੇ ਦਾ ਦੱਸ ਤੇਰੇ ਮੰਜੇ ਦਾ ਕੀ ਅਸਾ ਲਾ ਲਿਆ ਤੂੰ ਤੇ ਸਾਰਾ ਜ਼ੋਰ ਲਾ ਕੇ ਅਜਮਾ ਲਿਆ ਟੁੱਟੀ ਨੇ ਕੁਮੰਜੇ ਦੀ ਨਵਾਰ ਸਾਧੂਆ ਕੱਖ ਲੈਣ ਦਿੰਦਾ ਨੀ ਹੰਕਾਰ ਸਾਧੂਆ ਜੋਗੀ ਵਾਲਾ ਫੇਰਾ ਅਸੀਂ ਪਾ ਕੇ ਚੱਲੇ ਸੁਖੀ ਵਸੋ ਸੁਖੀ ਤੁਸੀਂ ਵਸਦੇ ਪੱਲੇ ਮੋਹਨ ਸਿੰਘ ਗੁਰੂ ਨੇ ਤਿਆਰ ਸਾਧੂਆ ਕੱਖ ਰਹਿਣ ਦਿੰਦਾ ਨਹੀਂ ਹੰਕਾਰ ਸਾਧੂਆ ਸਤਿਗੁਰੂ ਜੀ ਕਹਿਣ ਲੱਗੇ ਸਭ ਤੋਂ ਵੱਡਾ ਬੁਰਾ ਜੇ ਦੁਸ਼ਮਣ ਹੈ ਮਨੁੱਖ ਦਾ ਤੇ ਉਹ ਹੈ ਹੰਕਾਰ ਵੇਖੋ ਭਾਈ ਆਪਾਂ ਨਸ਼ਿਆਂ ਨੂੰ ਨਿੰਦਦੇ ਹਾਂ ਇਹ ਠੀਕ ਹੈ ਕਿ ਨਸ਼ੇ ਚੰਗੇ ਨਹੀਂ ਲੇਕਿਨ ਇਹਨਾਂ ਨੂੰ ਵੀ ਅਸੀਂ ਆਪਣੇ ਤਰੀਕੇ ਨਾਲ ਕੱਢ ਲਿਆ ਹੁਣ ਇੱਕ ਬੰਦਾ ਉਹ ਸ਼ਰਾਬ ਨਹੀਂ ਪੀਂਦਾ ਭੰਗ ਨਹੀਂ ਪੀਂਦਾ ਤੇ ਜੇ ਉਹ ਘਿਓ ਪੀ ਕੇ ਗੁਆਂਢੀਆਂ ਦੇ ਨਿਆਣੇ ਕੁੱਟਣ ਲੱਗ ਪਏ ਤੇ ਉਹ ਨੇਕ ਆ ਕਦੇ ਨਹੀਂ ਐਸਾ ਮੰਨਿਆ ਜਾ ਸਕਦਾ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਭੰਗ ਮਛਲੀ ਸੁਰਾ ਪਾਨ ਜੋ ਜੋ ਪ੍ਰਾਣੀ ਖਾਏ ਜਿਹੜੇ ਭੰਗ ਪੀਣ ਵਾਲੇ ਉਹਨਾਂ ਇਹਦਾ ਅਰਥ ਆਪਣਾ ਕੱਢ ਲਿਆ ਉਹ ਕਹਿੰਦੇ ਜੀ ਭੰਗ ਦਾ ਅਰਥ ਕੁੱਕੜ ਹੁੰਦਾ ਪੁੱਛੋ ਵੀ ਕਿਹੜੀ ਭਾਸ਼ਾ ਚ ਫਾਰਸੀ ਚ ਪੁੱਛੋ ਫਾਰਸੀ ਪੜ੍ਹੀ ਆ
ਫਿਰ ਆਉਂਦਾ ਮੈਂ ਤੇ ਫਾਰਸੀ ਦੇ ਪਿੱਛੋਂ ਦੀ ਵੀ ਨਹੀਂ ਲੰਘਿਆ। ਅਰਬੀ ਚ ਪੁੱਛੋ ਵੀ ਅਰਬੀ ਪੜ੍ਹੀ ਆ, ਉਹ ਕਹਿੰਦਾ ਨਹੀਂ। ਤੇ ਪੁੱਛਿਆ ਵੀ ਤੂੰ ਅਰਥ ਕਿੱਥੋਂ ਨਵਾਂ ਕੱਢ ਲਿਆ। ਮੈਂ ਬਹੁਤ ਸਾਰੇ ਕਾਬਲੀ ਵੀਰਾਂ ਨੂੰ ਮਿਲ ਕੇ ਪੁੱਛਿਆ ਵੀ ਮੁਰਗੇ ਨੂੰ ਕੀ ਕਹਿੰਦੇ, ਉਹ ਕਹਿੰਦੇ ਵੀ ਅਰਬੀ ਚ ਮੁਰਗ ਕਹਿੰਦੇ ਨੇ ਤੇ ਫਾਰਸੀ ਚ ਚਿਰਗਾ ਕਹਿੰਦੇ ਨੇ। ਸੋ ਭਾਂਗ ਦਾ ਅਰਥ ਭੰਗ ਹੀ ਹੈ, ਹੋਰ ਅਰਥ ਨਹੀਂ ਕੀਤਾ ਜਾਂਦਾ। ਭਾਂਗ ਮਾਛਲੀ, ਮਾਛਲੀ ਵੀ ਮੇਰੇ ਖਿਆਲ ਮੁਤਾਬਕ ਇਸ ਮੱਛਲੀ ਦੀ ਗੱਲ ਨਹੀਂ ਹੈ। ਗੁਜਰਾਤ ਦਾ ਇੱਕ ਨਸ਼ਾ ਹੈ ਮਾਛਲੀ, ਮੈਂ ਉਹ ਵੇਖਿਆ ਵੀ ਆ। ਸੋ ਮਹਾਰਾਜ ਨੇ ਜਾਂ ਭਗਤਾਂ ਨੇ ਸਾਰੇ ਨਸ਼ਿਆਂ ਤੋਂ ਸਾਨੂੰ ਮਨਾ ਕੀਤਾ। ਫਿਰ ਵੈਸ਼ਨੋ ਦੀ ਪਰਿਭਾਸ਼ਾ ਦੱਸਦੇ ਹੋਏ ਸਤਿਗੁਰੂ ਜੀ ਨੇ ਵੈਸ਼ਨੋ ਕੇਵਲ ਉਸ ਬੰਦੇ ਨੂੰ ਹੀ ਨਹੀਂ ਮੰਨਿਆ ਵੀ ਜਿਹੜਾ ਆਖੇ ਵੀ ਮੈਂ ਤੇ ਮੀਟ ਨਹੀਂ ਖਾਂਦਾ ਜੀ ਮੈਂ ਵੈਸ਼ਨੋ ਹਾਂ, ਤੇ ਜੇ ਉਹ ਬਾਕੀ ਕੁਕਰਮ ਕਰਦਾ ਲੋਕਾਂ ਨਾਲ ਜ਼ੁਲਮ ਕਰਦਾ। ਸ਼ਾਇਦ ਤੁਹਾਨੂੰ ਪਤਾ ਹੋਵੇਗਾ ਹਿਟਲਰ ਬਿਲਕੁਲ ਮੀਟ ਨਹੀਂ ਸੀ ਵਰਤਦਾ, ਲੇਕਿਨ ਜਿੰਨੀ ਦੁਨੀਆਂ ਉਹਨੇ ਮਾਰੀ ਆ ਨਾ ਉਨੀ ਤੇ ਹੋਰ ਕਿਸੇ ਨੇ ਵੀ ਨਹੀਂ ਮਾਰੀ। ਲੱਖਾਂ ਲੋਕ ਜਿਹੜੇ ਸੀ ਉਹਨੇ ਮੌਤ ਦੇ ਘਾਟ ਉਤਾਰ ਦਿੱਤੇ। ਪਰ ਸ਼ਰਾਮ ਦੀ ਗੱਲ ਆਉਂਦੀ ਹੈ, ਬੜਾ ਵੈਸ਼ਨੋ ਸੀ ਲੇਕਿਨ ਉਸ ਬ੍ਰਾਹਮਣ ਨੇ ਕਹਿੰਦੇ ਨੇ ਦੁਨੀਆਂ ਦਾ 3 ਵਾਰ ਖਾਤਮਾ ਕਰ ਦਿੱਤਾ। ਸਤਿਗੁਰੂ ਜੀ ਸਮਝਾਉਂਦੇ ਨੇ, ਸਤਿਗੁਰੂ ਜੀ ਦਾ ਗਿਆਨ ਦੁਨੀਆਂ ਨਾਲੋਂ ਵੱਖਰਾ। ਮੇਰੇ ਬਾਬੇ ਨੇ ਮੱਖੀ ਉੱਤੇ ਮੱਖੀ ਨਹੀਂ ਮਾਰੀ ਵੀ ਜੋ ਇੱਕ ਨੇ ਆਖਤਾ ਉਹੀ ਦੂਜੇ ਨੇ ਕਹਿ ਦਿੱਤਾ, ਨਹੀਂ। ਮੇਰੇ ਸਤਿਗੁਰੂ ਜੀ ਨੇ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਗਿਆਨ ਬਖਸ਼ਿਆ ਹੈ ਆਹ ਉਹਦੇ ਵੱਲ ਧਿਆਨ ਮਾਰੀਏ। ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ ਕਹਿ ਰਹੇ ਨੇ ਉਹ ਮਾਧੋ ਦਾਸਾ ਉਹ ਸ਼ਿਕਾਰ ਖੇਡਣਾ ਛੱਡ ਕੇ ਦੋ ਹਰਨੀ ਦੇ ਬੱਚਿਆਂ ਤੋਂ ਮਨ ਨੂੰ ਬਦਲ ਕੇ ਤੇ ਹੁਣ ਬੰਦਿਆਂ ਦਾ ਸ਼ਿਕਾਰ ਕਰਨ ਲੱਗ ਪਿਆ, ਉਹ ਲੋਕਾਂ ਨਾਲ ਮਖੌਲ ਕਰਦਾ, ਲੋਕਾਂ ਨੂੰ ਧਰਮ ਦੇ ਨਾਂ ਤੇ ਕਰਾਮਾਤਾਂ ਦੇ ਨਾਂ ਤੇ ਡਰਾਉਣਾ। ਕਹਿਣ ਲੱਗਾ ਨਹੀਂ ਮਹਾਰਾਜ। ਮਧ ਉਦਾਸ ਚਰਨਾਂ ਤੇ ਟਹਿ ਪਿਆ। ਸਤਿਗੁਰੂ ਜੀ ਨੂੰ ਕਹਿਣ ਲੱਗਾ ਮਹਾਰਾਜ ਬਾਕੀ ਤਾਂ ਠੀਕ ਹੈ ਲੇਕਿਨ ਉਹ ਵੇਖੋ ਇੱਕ ਨੁੱਕਰ ਵਿੱਚ ਤੁਹਾਡਿਆਂ ਸਿੰਘਾਂ ਨੇ ਖੂਨ ਡੋਲ ਦਿੱਤਾ ਤੇ ਮਹਾਰਾਜ ਮੇਰਾ ਡੇਰਾ ਪਿੱਟਿਆ ਗਿਆ। ਮਹਾਰਾਜ ਕਹਿੰਦੇ ਹੋਏ ਉਹ ਨੁੱਕਰੇ ਪਰਲੀ ਖੂਨ ਡੁੱਲਿਆ ਤੇ ਤੇਰੇ ਡੇਰੇ ਨੂੰ ਇੱਥੇ ਕੀ ਹੋ ਗਿਆ। ਕਹਿਣ ਲੱਗਾ ਮਹਾਰਾਜ ਹਿੰਦੂ ਧਰਮ ਦਾ ਸਾਧੂਆਂ ਦਾ ਅਸੂਲ ਹੈ ਕਿ ਜੇ ਘਰ ਦੀ ਇੱਕ ਨੁੱਕਰ ਵਿੱਚ ਡੇਰੇ ਦੀ ਇੱਕ ਨੁੱਕਰ ਵਿੱਚ ਖੂਨ ਡੁੱਲ ਜਾਵੇ ਤੇ ਡੇਰਾ ਪਿੱਟਿਆ ਜਾਂਦਾ। ਮੇਰੇ ਪਾਤਸ਼ਾਹ ਕਹਿਣ ਲੱਗੇ ਵਾਹ ਕਿਆ ਹੱਸ ਕੇ ਸੱਚਿਆ ਸਤਿਗੁਰਾਂ ਨੇ ਗਿਆ ਪਰਖਿਆ ਪਾਕ ਅਮਾਨ ਤੇਰਾ ਬੇ ਤੇਰੇ ਖੂਨ ਵਿੱਚ ਤੇਰੇ ਦੇਸ਼ ਵਿੱਚ ਖੂਨ ਦੀਆਂ ਵਗਣ ਨਦੀਆਂ ਸੁੱਚਾ ਰਹਿ ਗਿਆ ਕਿਵੇਂ ਅਸਥਾਨ ਤੇਰਾ ਉਹ ਕਿਵੇਂ ਤੇਰਾ ਜਿਸ ਦੇਸ਼ ਵਿੱਚ ਵੇਖ 40 ਭੁੱਖਣ ਭਾਣਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ, ਸ੍ਰੀ ਨਗਰ ਕਸ਼ਮੀਰ ਵਿੱਚ ਕਿਸ ਤਰ੍ਹਾਂ ਅਬਲਾ ਦੇਵੀਆਂ ਨੂੰ ਕੇਸਾਂ ਤੋਂ ਫੜ ਫੜ ਕੇ ਧੂਇਆ ਜਾਂਦਾ, ਕਿਸ ਤਰ੍ਹਾਂ ਕਤਲੇਆਮ ਕੀਤਾ ਜਾਂਦਾ, ਉਹ ਸਰਹੰਦ ਦੀਆਂ ਦੀਵਾਰਾਂ ਵੱਲ ਚਾਤੀ ਮਾਰ ਜਿੱਥੇ ਦੋ ਮਾਸੂਮ ਬੇਦੋਛੇ ਨੀਹਾਂ ਵਿੱਚ ਚੁਣ ਦਿੱਤੇ ਗਏ ਉਹ ਤੇਰੀ ਇਹ ਧਰਤੀ ਪਵਿੱਤਰ ਰਹਿ ਕਿੱਦਾਂ ਗਈ ਆ। ਮੇਰੇ ਪਾਤਸ਼ਾਹ ਕਹਿੰਦੇ ਉੱਠੋ ਗੁਰੂ ਕੇ ਖਾਲਸਾ ਜੀ ਚੱਲੀਏ, ਚਰਨਾਂ ਤੇ ਟਹਿ ਪਿਆ ਮਹਾਰਾਜ ਨਾ ਜਾਇਓ। ਮੇਰੇ ਪਾਤਸ਼ਾਹ ਨੂੰ ਮਾਧੋ ਦਾਸ ਹੱਥ ਜੋੜ ਕੇ ਕਹਿ ਰਿਹਾ ਸੀ ਮਹਾਰਾਜ ਥੋੜਾ ਰੁਕ ਜਾਓ, ਪਰ ਮਹਾਰਾਜ ਕੀ ਕਹਿੰਦੇ ਨੇ ਆ ਕਵਿਤਾ ਕਹਿ ਕੇ ਸਮਾਪਤੀ। ਸਾਧੂ ਹੋਇਆ ਗੁਰਾਂ ਦੇ ਦੁਆਲੇ ਤਰਲੇ ਕਰਦਾ ਜੀ ਤਰਲੇ ਕਰਦਾ ਨਾਲੇ ਬਾਲੇ ਤੇ ਇੱਕ ਵਾਰੀ ਡੁੱਬਦੇ ਨੂੰ ਹੋ ਇੱਕ ਵਾਰੀ ਡੁੱਬਦੇ ਨੂੰ ਪਾਰ ਲੰਘਾ ਲੈ ਹੁੰਦਾ ਹੀਰਾ ਜੀ ਹੁੰਦਾ ਹੀਰਾ ਜਨਮ ਅਨਮੋਲ ਤੇ ਇੱਕ ਪਲ ਬਹਿ ਜਾਣਾ ਬਹਿ ਜਾਣਾ ਮੇਰੇ ਕੋਲ ਸਾਨੂੰ ਤੇਰੇ ਮਿੱਠੜੇ ਨੇ ਜੀ ਸਾਨੂੰ ਤੇਰੇ ਮਿੱਠੜੇ ਨੇ ਲੱਗਦੇ ਬੋਲ ਬਣਿਆ ਫਿਰਦਾ ਸਾਧ ਪਖੰਡੀ ਰਸਤਾ ਛੱਡ ਕੇ ਰਸਤਾ ਛੱਡ ਕੇ ਮੱਲ ਲਈ ਡੰਡੀ ਮਾੜੀ ਮਾਤ ਓਏ ਮਾੜੀ ਮਾਤ ਲੋਕ ਦੀ ਪੰਡੀ ਤੇਰੇ ਵੱਜ ਗਈ ਓਏ ਤੇਰੇ ਵੱਜ ਗਏ ਪਿੰਡਾਂ ਮੈਂ ਢੋਲ ਤੇ ਇੱਕ ਪਲ ਨਹੀਂ ਬਹਿਣਾ ਨਹੀਂ ਬਹਿਣਾ ਤੇਰੇ ਕੋਲ ਤੇਰੇ ਮਿੱਠੜੇ ਓਏ
ਸਾਨੂੰ ਤੇਰੇ ਵਿਛੜੇ ਨਾ ਲੱਗਦੇ ਬੋਲਾ ਆ ਵਿਛੋੜਾ ਹੁੰਦਾ ਗੁਰੂ ਜੀ ਮੰਦਾ ਹੀ ਆ ਵਿਛੋੜਾ ਹੁੰਦਾ ਗੁਰੂ ਜੀ ਮੰਦਾ ਮੈਂ ਤੇ ਤੇਰਾ ਹਾਂ ਮੈਂ ਤੇ ਤੇਰਾ ਅੱਜ ਤੋਂ ਬੰਦਾ ਮੇਰਾ ਖੋਲ ਦਿਓ ਮੇਰਾ ਖੋਲੋ ਅਕਲ ਦਾ ਜੰਦਾ ਤੁਹਾਡੇ ਬਿਰਥਾ ਨਹੀਂ ਤੁਹਾਡੇ ਬਿਰਥਾ ਨਹੀਂ ਜਾਣੇ ਬੋਲਦੇ ਇਕਬਲ ਮੈਂ ਜਾਣਾ ਮੇਰੇ ਕੋਲ ਤੇਰੇ ਮਿੱਠੜੇ ਨੇ ਜੀ ਸਾਨੂੰ ਤੇਰੇ ਮਿੱਠੜੇ ਨੇ ਲੱਗਦੇ ਬੋਲ ਸਿਰ ਦੇ ਵਿੱਚ ਸੁਵਾ ਕਿਉਂ ਪਾਈ ਤੈਨੂੰ ਭੁੱਲ ਗਈ ਰੱਬ ਖੁਦਾਈ ਹੁਣ ਤੂੰ ਕਰਦਾ ਰੋਜ਼ ਬੁਰਿਆਈ ਉਹ ਕਰਨਾ ਚਾਹੀਏ ਨਾ ਕਰਨਾ ਚਾਹੀਏ ਨਾ ਕਦੇ ਮਖੌਲ ਤੇ ਇੱਕ ਪਲ ਨਹੀਂ ਬਹਿਣਾ ਨਹੀਂ ਬਹਿਣਾ ਤੇਰੇ ਕੋਲ ਤੇਰੇ ਮਿੱਠੜੇ ਓਏ ਸਾਨੂੰ ਤੇਰੇ ਮਿੱਠੜੇ ਨਾ ਲੱਗਦੇ ਸਾਨੂੰ ਤੇਰੇ ਮਿੱਠੜੇ ਨਾ ਲੱਗਦੇ ਬੋਲ ਬਖਸ਼ੋ ਗੁਰੂ ਜੀ ਸਿੱਖੀ ਤੇ ਜਿਹੜੀ ਦੱਸਦੇ ਨੇ ਜਿਹੜੀ ਦੱਸਦੇ ਨੇ ਖੰਨਿਓ ਤਿੱਖੀ ਤੇ ਨਾਲੇ ਹੁੰਦੀ ਨਾਲੇ ਹੁੰਦੀ ਵਾਲ ਤੋਂ ਨਿੱਕੀ ਦੇ ਦਿਓ ਅੰਮ੍ਰਿਤ ਜੀ ਦੇ ਦਿਓ ਅੰਮ੍ਰਿਤ ਖੰਡਿਓ ਪੌਲ ਤੇ ਇੱਕ ਪਲ ਬਹਿ ਜਾਣਾ ਮੇਰੇ ਕੋਲ ਸਾਨੂੰ ਤੇਰੇ ਮਿੱਠੜੇ ਨੇ ਜੀ ਸਾਨੂੰ ਤੇਰੇ ਮਿੱਠੜੇ ਨ ਲੱਗਦੇ ਬੋਲ ਸਾਨੂੰ ਚੰਗੇ ਰੱਬ ਤੋਂ ਜਾਣੀਓ ਸਾਧੂ ਚੰਗੇ ਰੱਬ ਤੋਂ ਜਾਣੀ ਕਹਿੰਦੀ ਪਨਵੇ ਕਹਿੰਦੀ ਪਨਵੇ ਗੁਰਾਂ ਦੀ ਬਾਣੀ ਜਿਹੜੇ ਲੰਗਰ ਜਿਹੜੇ ਲੰਗਰ ਛਕਾਉਂਦੇ ਪਾਣੀ ਬਿਰਤੀ ਰੱਖਦੇ ਨੇ ਬਿਰਤੀ ਰੱਖਦੇ ਸਰਾਡੋ ਤੇ ਇੱਕ ਪਲ ਨਹੀਂ ਬਣਾ ਤੇਰੇ ਕੋਲ ਤੇਰੇ ਮਿੱਠੜੇ ਓਏ ਸਾਨੂੰ ਤੇਰੇ ਮਿੱਠੜੇ ਨਾ ਲੱਗਦੇ ਸਾਨੂੰ ਤੇਰੇ ਮਿੱਠੜੇ ਨਾ ਲੱਗਦੇ ਬੋਲ ਬਦਲ ਪ੍ਰੇਮ ਦਿਲਾਂ ਦੋ ਝੜੀਆਂ ਕਾਤੋਂ ਕਰਦੇ ਜੇ ਕਾਤੋਂ ਕਰਦੇ ਜੇ ਬੋਲ ਕਬੋਲ ਤੇ ਇੱਕ ਪਲ ਬਹਿ ਜਾਣਾ ਮੇਰੇ ਕੋਲ ਸਾਨੂੰ ਤੇਰੇ ਮਿੱਠੜੇ ਨੇ ਜੀ ਸਾਨੂੰ ਤੇਰੇ ਮਿੱਠੜੇ ਨੇ ਲੱਗਦੇ ਬੋਲ ਆ ਫਕੀਰਾ ਬੜੀ ਫਕੀਰੀ ਦੂਰ ਤੁਸੀਂ ਬਖਸ਼ੇ ਨੇ ਤੁਸੀਂ ਬਖਸ਼ੇ ਠੱਗ ਤੇ ਚੋਰ ਚੋਰ ਕਰਦੇ ਜੀ ਚੋਰ ਕਰਦੇ ਨਰੋਲ ਤੇ ਇੱਕ ਪਲ ਬਹਿ ਜਾਣਾ ਮੇਰੇ ਕੋਲ ਤੇਰੇ ਮਿੱਠੜੇ ਨੇ ਜੀ ਸਾਨੂੰ ਤੇਰੇ ਮਿੱਠੜੇ ਨੇ ਲੱਗਦੇ ਬੋਲ ਅਸੀਂ ਆਏ ਹਾਂ ਤੇਰੇ
ਸਾਨੂੰ ਟਾਲੀ ਨਾ, ਸਾਨੂੰ ਟਾਲੀ ਨਾ, ਟਾਲੀ ਨਾ ਵਿੱਚ ਗੱਲੇ ਤੈਨੂੰ ਦੱਸਦਾ ਈ ਤੈਨੂੰ ਦੱਸਦਾ ਭੇਦ ਸਭ ਖੋਲ ਤੇ ਇੱਕ ਪਲ ਨਹੀਂ ਬਹਿਣਾ ਤੇਰੇ ਕੋਲ ਸਾਨੂੰ ਤੇਰੇ ਮਿੱਠੜੇ ਨਾ ਸਾਨੂੰ ਤੇਰੇ ਮਿੱਠੜੇ ਨਾ ਲੱਗਦੇ ਸਾਨੂੰ ਤੇਰੇ ਮਿੱਠੜੇ ਨਾ ਲੱਗਦੇ ਬੋਲਾ ਲਓ ਜੀ ਫੇਰ ਕੀ ਹੋਇਆ ਇਸ ਤੋਂ ਅੱਗੇ ਫੇਰ ਬੇਨਤੀ ਕਰਾਂਗੇ ਕਿਉਂਕਿ ਮੈਂ ਨਹੀਂ ਸਮਝਦਾ ਵੀ ਏਦਾਂ ਦਾ ਗੁਣੀ ਏਦਾਂ ਦਾ ਮਹਾਨ ਜੱਥਾ ਗੁਰੂ ਕਾ ਕੀਰਤਨੀ ਆ ਭਾਈ ਮੁਖਤਾਰ ਸਿੰਘ ਜੀ ਪਟਿਆਲੇ ਵਾਲੇ ਭਾਈ ਸੁਖਦੇਵ ਸਿੰਘ ਜੀ ਤੇ ਸਾਡਾ ਕਾਕਾ ਮਨੀ ਜੀ ਉਹ ਆਏ ਬੈਠੇ ਨੇ ਗੁਰੂ ਕੇ ਪਿਆਰਿਓ ਜੇ ਅਸੀਂ ਚਾਹੁੰਦੇ ਹਾਂ ਕਿ ਆਪਣਾ ਧਰਮ ਜਿੰਦਾ ਰੱਖਣਾ ਤੇ ਫਿਰ ਥੋੜਾ ਬਹੁਤਾ ਟਾਈਮ ਤਾਂ ਕੱਢਣਾ ਪੈਂਦਾ ਨਾ ਬਾਕੀ ਤਾਂ ਗੱਲਾਂ ਛੱਡੋ ਤੁਸੀਂ ਵੇਖੋ ਪਾਦਰੀ ਹੈ ਉਹਦੇ ਵੱਲੋਂ ਕੋਈ ਆਵੇ ਨਾ ਆਵੇ ਤਨਖਾਹ ਪੱਕੀ ਹੈ ਇਸ ਤਰ੍ਹਾਂ ਸਾਰੇ ਧਰਮਾਂ ਚ ਲੇਕਿਨ ਇਹ ਗੁਰੂ ਕੇ ਕੀਰਤਨੀਏ ਜੱਥੇ ਇਹ ਤੁਹਾਡੇ ਪਿਆਰ ਦਾ ਸਦਕਾ ਤੁਹਾਡੇ ਇਸ ਪਿਆਰ ਨੂੰ ਬਰਕਰਾਰ ਰੱਖਦੇ ਹੋਏ ਗੁਰੂ ਕੇ ਸਿੱਖ ਕੀਰਤਨ ਕਰਦੇ ਨੇ ਤੇ ਜੇ ਉਦਾਂ ਇਹਨਾਂ ਦਾ ਇਸ ਤਰ੍ਹਾਂ ਦਾ ਜੱਥਾ ਸੱਦਣਾ ਹੋਵੇ ਤੇ 20-30 ਹਜ਼ਾਰ ਰੁਪਇਆ ਦੇਣਾ ਪੈਂਦਾ ਨਾਲੇ ਸਾਡੇ ਇੱਕ ਕੌਮ ਚ ਨਾਮਵਰ ਹੋਵੇ ਭਾਵੇਂ ਉਹਨੂੰ ਕੱਖ ਵੀ ਨਾ ਆਉਂਦਾ ਹੋਵੇ ਫਿਰ ਬੜੀ ਅਸੀਂ ਖੁਸ਼ੀ ਹੁੰਦੇ ਹਾਂ ਬੜੇ ਔਖੇ ਹੋ ਹੋ ਵੀ ਪਹੁੰਚ ਜਾਂਦੇ ਹਾਂ ਪਰ ਨਹੀਂ ਬਾਬਾ ਜੀ ਬੜੇ ਸਿਆਣੇ ਨੇ ਉਹ ਇੱਕ ਤੋਂ ਇੱਕ ਵੱਧ ਜਥਾ ਸੱਦਦੇ ਨੇ ਜਿਹਨੂੰ ਸੰਗਤਾਂ ਯਾਦ ਕਰਦੀਆਂ ਹੋਣ ਸੋ ਆਏ ਨੇ ਮੈਂ ਉਹਨਾਂ ਨੂੰ ਜੀ ਆਇਆ ਕਹਿੰਦਾ ਹਾਂ ਫਿਰ ਵੀ ਬਾਬਾ ਜਸਵਿੰਦਰ ਸਿੰਘ ਜੀ ਜੋ ਬੜੇ ਹੀ ਪਿਆਰ ਵਾਲੇ ਨੇ ਰੋਜ਼ ਮਾਇਆ ਇਸ ਤਰ੍ਹਾਂ ਨਾਲੇ ਜਥਿਆਂ ਨੂੰ ਦੇਣੀ ਸੇਵਾ ਵਿੱਚ ਪਾਉਣੀ ਸਾਰੇ ਹੀ ਇੱਕ ਦੂਸਰੇ ਤੋਂ ਵੱਧ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਇਹ ਪਿਆਰ ਬਣਾਈ ਰੱਖੇ ਸਾਡੇ ਕੋਲ ਬੋਲਦਿਆਂ ਬਹੁਤ ਸਾਰੀਆਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ ਜੀ ਮੁਆਫ ਕਰ ਦੇਣਾ ਆਓ ਸਰਬੱਤ ਭਾਈ ਭਾਈ ਇੱਕ ਵਾਰ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।